ਪੋਲਿਟਿਕਸ ਦਾ ਦੇ ਸਿੰਗਰ ਦਾ ਕੋਈ ਹੈ ਨਹੀਂ ਸਕਦਾ ਮੇਰੇ ਸਾਹ ਨਾਲ ਬਹੁਤ ਗਲਤ ਆ ਕਿਉਂਕਿ ਸਿੰਗਰ ਤਾਂ ਨਾ ਹਰ ਇੱਕ ਦਾ ਸਾਂਝਾ ਪੋਲਿਟਿਕਸ ਤੁਸੀਂ ਕਿਸੇ ਵੀ ਪਾਰਟੀ ਨੂੰ ਜੁਆਇਨ ਕਰਦੇ ਹੋ ਤਾਂ ਸਮਝ ਲਓ ਵੀ ਦੂਸਰੀ ਤੁਹਾਡੇ ਆਪੋਜੀਟ ਹੋ ਗਈ ਤਾਂ ਮੈਂ ਤਾਂ ਗਰ ਨਹੀਂ ਬੰਦੇ ਦੀ ਕੰਪਨੀਆਂ ਦੀਆਂ ਜਾ ਕੇ ਹੁਣ ਅੱਜ ਕੱਲ ਇਹ ਕੋ ਸੋਸ਼ਲ ਮੀਡੀਆ ਤੇ ਗਲਾ ਆਪਣਾ ਹੀ ਚੈਨਲ ਬਣਾ ਲੈਂਦੇ ਉਹ ਦੇ ਨਾਲ ਪਿਆਰ ਮੇਰਾ ਪਿਆਸੀ ਜਦੋਂ ਨਾ ਹੀ ਨਿੱਕੇ ਨਾ ਹੀ ਵੱਡੇ ਹੁੰਦੇ ਸੀ ਉਦੋਂ ਸਮਝ ਨਾ ਆਈ ਮੈਨੂੰ ਗੱਲ ਦਿਲ ਦੀ ਹੀਰੇ ਜਿਹੇ ਹੱਥ ਲਿਓ ਦਾ ਹੋ ਗਿਆ ਕਦੋਂ ਉਹਦੇ ਨਾਲ ਪਿਆਰ ਮੇਰਾ ਪਿਆਸੀ ਜਦੋਂ ਨਾ ਹੀ ਨਿੱਕੇ ਨਾ ਹੀ ਵੱਡੇ ਹੁੰਦੇ ਸੀ ਉਦੋਂ ਪਿਆਰ ਮੇਰਾ ਪਿਆਸੀ ਜਦੋਂ ਨਾ ਹੀ ਨਿੱਕੇ ਨਾ ਹੀ ਵੱਡੇ ਹੁੰਦੇ ਸੀ ਉਦੋਂ ਉਹ ਵੱਡੇ ਚੇਤੇ ਹੁੰਦੇ ਨੇ ਜੱਟਾਂ ਨੂੰ ਪਈਏ ਮੋਢੇ ਤੇ ਕਹੀਏ ਨੀ ਇਹ ਗੜੇ ਮਾਰੀ ਵਰਖਾ ਤੂਫਾਨੀ ਸੋਣੀਏ ਚੱਲ ਮੰਨਿਆ ਕੇ ਹੁੰਦੀ ਨੁਕਸਾਨੀ ਸੋਣੀਏ ਇਹ ਨਾ ਸੋਚ ਲਈ ਕੇ ਜੱਟ ਮਰ ਜਾਊਗਾ ਹੁੰਦੇ ਝਖੜਾਂ ਤੋਂ ਬਾਅਦ ਵੀ ਖੜੇ ਨਹੀਂ ਬੱਟਤੇ ਓ ਕਰਾਂ ਮਿੰਨਤਾ ਮੈਂ ਤੇਰੀਆਂ ਨਹੀਂ ਬੱਲੀਏ ਐਨੇ ਵੀ ਨਹੀਂ ਮਾੜੇ ਦਿਨ ਆਏ ਜੱਟ ਤੇ ਵੇਚ ਕੇ ਫੋੜ ਮੁੱਕੀ ਨਾ ਥੋੜ ਵਧ ਗਈਆਂ ਲੋੜਾਂ ਵਧ ਗਈਆਂ ਲੋੜਾਂ ਤੇ ਉਤੋਂ ਬਿਆਜ ਦਾ ਹੋਇਆ ਉਦਾਸ ਪੀ ਗਿਆ ਇੱਕ ਦਿਨ ਕੋਕ ਦੇ ਵਿੱਚ ਮਿਲਾ ਕੇ ਜੱਟ ਸਲਫਾਸ ਪੀ ਗਿਆ ਹਾ ਇੱਕ ਦਿਨ ਕੋਕ ਦੇ ਵਿੱਚ ਮਿਲਾ ਕੇ ਸਤਿ ਸ਼੍ਰੀ ਅਕਾਲ ਦੋ ਦੇਖ ਰਹੇ ਹੋ ਵਿਜ਼ਨ ਪੰਜਾਬ ਟੀਵੀ ਮੈਂ ਪ੍ਰਾਕਸ਼ ਇੱਕ ਵਾਰ ਫਿਰ ਆਜ਼ਾਦਾਂ ਜੀ ਸ਼ੋਅ ਲੈ ਕੇ ਸਟਾਰ ਟਾਕ ਤੇ ਅੱਜ ਜਿਨ੍ਹਾਂ ਨਾਲ ਮੈਂ ਤੁਹਾਨੂੰ ਮਿਲਵਾਨ ਜਾ ਰਿਹਾ ਉਹਨਾਂ ਦੀ ਬਹੁਤ ਹੀ ਜ਼ਿਆਦਾ ਖੂਬਸੂਰਤ ਆਵਾਜ਼ ਹੈ ਤੇ ਉਹ ਹਮੇਸ਼ਾ ਆਪਣੇ ਫੈਨਸ ਨੂੰ ਅਲੱਗ-ਅਲੱਗ ਤਰੀਕੇ ਦੇ ਗਾਣੇ ਦੇਣ ਚ ਨਹੀਂ ਕੋਈ ਵੀ ਸੰਕੋਚ ਨਹੀਂ ਹੁੰਦਾ ਕਿ ਮੈਂ ਕਹੇ ਜਾਂ ਗਾਣਾ ਦੇਣਾ ਸੈਡ ਵੀ ਗਾਣੇ ਆਉਂਦੇ ਨੇ ਕੋਈ ਫਨੀ ਵੀ ਆਉਂਦੇ ਨੇ ਜੋ ਅੱਜ ਕੱਲ ਦਾ ਟਾਈਮ ਚੱਲ ਰਿਹਾ ਉਸ ਤੇ ਵੀ ਗਾਣੇ ਆਉਂਦੇ ਨੇ ਮੇਰੇ ਨਾਲ ਨੇ ਰਾਜਦੀਪ ਦਿਹੋਲ ਸਤਿ ਸ਼੍ਰੀ ਅਕਾਲ ਭਾਜੀ ਕਿਵੇਂ ਜੀ ਮੇਰੇ ਵੱਲੋਂ ਵਿਜ਼ਨ ਪੰਜਾਬ ਟੀਵੀ ਦੇਖ ਰਹੇ ਸਾਰੇ ਦਰਸ਼ਕ ਅੱਛਾ ਭਾਜੀ ਇਹ ਹੋ ਨਹੀਂ ਸਕਦਾ ਮੈਂ ਗਾਣਾ ਨਾ ਸੁਣਾ ਸਭ ਤੋਂ ਪਹਿਲਾਂ ਗਾਣਾ ਹੋ ਜਾਵੇ ਗਾਣੇ ਤੋਂ ਸ਼ੁਰੂਆਤ ਕਰਦੇ ਆ ਬਿਲਕੁਲ ਜੀ ਮੇਰਾ ਫਰਸਟ Song ਜਿਸ ਤੋਂ ਮੇਰੀ ਸ਼ੁਰੂਆਤ ਹੋਈ ਉਸ ਤੋਂ ਸ਼ੁਰੂ ਕਰ ਦਾਂਗੇ ਨਹੀਂ ਤੂੰ ਛੇੜਨਾ ਕਹਾਣੀ ਗੱਲ ਹੋ ਗਈ ਏ ਪੁਰਾਣੀ ਨੀ ਤੂੰ ਛੇੜਨਾ ਕਹਾਣੀ ਗੱਲ ਹੋ ਗਈ ਏ ਪੁਰਾਣੀ ਹੁਣ ਸੁਰ ਵਿੱਚ ਜ਼ਿੰਦਗੀ ਦਾ ਸਾਜ਼ ਰਹਿਣ ਦੇ ਚੰਗੀ ਗੱਲ ਐ 에ਰਾ ਜਿਹਨੂੰ ਤੁਰਾਜ਼ ਰਹਿਣ ਦੇ ਚੰਗੀ ਗੱਲ ਐ 에ਰਾ ਜਿਹਨੂੰ ਤੁਰਾਜ਼ ਰਹਿਣ ਦੇ ਕੌਣ ਚੰਗਾ ਕੌਣ ਮਾੜਾ ਕੀਨੂ ਕੀ ਦੇ ਨਾ ਸੀ ਸਾੜਾ ਤੂੰ ਮੁਰਦੇ ਨਾ ਪੁੱਟ ਐਵੇਂ ਪਊਗਾ ਅਪਵਾੜਾ ਥੋੜੀ ਬਹੁਤੀ ਹੁਣ ਲੱਗੀਆਂ ਦਿਲਾਜ ਰਹਿਣ ਦੇ ਚੰਗੀ ਗੱਲ ਐ ਇਹ ਰਾਜ ਨੂੰ ਤੁਰਾਜ ਰਹਿਣ ਦੇ ਚੰਗੀ ਗੱਲ ਐ ਰਾਜ ਨੂੰ ਤਰਾਜ ਰਹਿਣ ਦਿਓ ਕੀ ਬਾਤ ਆ ਭਜੀ ਅੱਛਾ ਭਜੀ ਜਿਵੇਂ ਤੁਸੀਂ ਕਹ ਰਹੇ ਇਸ ਗਾਣੇ ਤੋਂ ਸ਼ੁਰੂਆਤ ਹੋਇਆ ਨਾ ਕਿਦਾਂ ਦਿਮਾਗ 'ਚ ਕਦੋਂ ਆਇਆ ਕਿ ਮੈਂ ਸਿੰਗਰ ਬੰਨਾ ਇਸ ਲਾਈਨ 'ਚ ਜਾਣਾ ਹੂੰ ਇਹ ਤਾਂ ਬਚਪਨ ਤੋਂ ਹੀ ਸੀ ਤੇ ਸਕੂਲ ਟਾਈਮ ਦੇ ਵਿੱਚ ਵੀ ਹਰ ਇੱਕ ਬਾਲ ਸਵਾਭ ਹੋਣ ਲੱਗਦੀਆਂ ਜਾਂ ਹੈ ਨਾ ਤੇ ਕਾਲਜ ਟਾਈਮ ਤੱਕ ਨਾਲ-ਨਾਲ ਹੀ ਚੱਲਦਾ ਰਿਹਾ ਤੇ ਉਸ ਤੋਂ ਬਾਅਦ ਗੁਰੂ ਜੀ ਉਹਨਾਂ ਕੋਲੇ ਪਹੁੰਚੇ ਸ੍ਰੀ ਗਮਦੂਰ ਰਮਨ ਜੀ ਤੇ ਉਹਨਾਂ ਤੋਂ ਸਿੱਖਿਆ ਲਈ 뮤직 ਦੀ ਤੇ ਜਦੋਂ ਇੱਕ ਹੁੰਦਾ ਨਾ ਜਦੋਂ ਆਪਾਂ ਨੂੰ ਤਾਂ ਪਤਾ ਚੱਲ ਜਾਂਦਾ ਕਿ ਆਪਾਂ ਕੀ ਕਰਨਾ ਪਰ ਘਰਦਿਆਂ ਨੂੰ ਸਮਝਾਉਣਾ ਬਹੁਤ ਔਖਾ ਹੁੰਦਾ ਕਰਦੇ ਨੇ ਸਮਝਦੇ ਕਿ ਤੁਸੀਂ ਕਿਹੜੀ ਲਾਈਨ 'ਚ ਜਾਣਾ ਚਾਹੁੰਦੇ ਹੋ ਉਹਨਾਂ ਲਈ ਹੋਏ ਹੁੰਦਾ ਵੀ ਸਰਕਾਰੀ ਨੌਕਰੀ ਕਰੋ ਜਾਂ ਉਹ ਚੀਜ਼ਾ ਤੁਹਾਡੇ ਨਾਲ ਵੀ ਇਦਾਂ ਦੀ ਚੀਜ਼ਾਂ ਆਈਆਂ ਕਰਦਿਆ ਨੇ ਰੋਕਿਆ ਜਾਂ ਉਹਨਾਂ ਨੇ ਕਿਹਾ ਵੀ ਠੀਕ ਹੈ ਜੋ ਤੂੰ ਕਰ ਰਿਹਾ ਸਹੀ ਨਹੀਂ ਇਦਾਂ ਦੀ ਪ੍ਰੋਬਲਮ ਨਹੀਂ ਆਈ ਕੋਈ ਕਿਉਂਕਿ 뮤직 ਨਾਲ ਰਿਲੇਟਡ ਕੁਝ ਨਹੀਂ ਸੀ ਕਿਉਂਕਿ ਇੱਕ ਜੱਟ ਫੈਮਲੀ ਨੂੰ ਬਿਲੋਂਗ ਕਰਦੇ ਆ ਤੇ ਜੱਟਾਂ ਨੂੰ ਪਤਾ ਹੀ ਆ ਵੀ ਇੰਨਾ ਜ਼ਿਆਦਾ ਤਾਂ ਚੰਗਾ ਨਹੀਂ ਸਮਝਦੇ ਪਰ ਮੈਨੂੰ ਰੋਕਿਆ ਨਹੀਂ ਕਿਸੇ ਨੇ ਵੀ ਤੇ ਸਪੋਰਟ ਤਾਂ ਹਮੇਸ਼ਾ ਹੀ ਰਹੀ ਨਾਲ ਉਹਨਾਂ ਦੀ ਹੁਣ ਤੱਕ ਸਪੋਰਟ ਨਾਲ ਹੀ ਉਹਨਾਂ ਦੀ ਅੱਛਾ ਭਾਈ ਅੱਜ ਕੱਲ ਸਿੰਗਰ ਦੇਖਦੇ ਆ ਅੱਜ ਕੱਲ ਲੜਾਈਆਂ ਹੁੰਦੀਆਂ ਬਹੁਤ ਜ਼ਿਆਦਾ ਹੈਨਾ ਕੰਟਰੋਵਰਸੀਆਂ ਬਹੁਤ ਦੌਰ ਚੱਲ ਰਿਹਾ ਕੰਟਰੋਵਰਸੀਆਂ ਦਾ ਉਸ ਚੀਜ਼ ਨੂੰ ਕਿਵੇਂ ਦੇਖਦੇ ਹੋ ਨਹੀਂ ਮੇਰੇ ਹਿਸਾਬ ਨਾਲ ਜੋ ਸਿੰਗਿੰਗ ਲੈਣਾ ਉਹ ਇਸ ਨੂੰ ਮਾਰ ਧਾੜ ਵਾਲਾ ਤਰੀਕਾ ਨਹੀਂ ਹੋਣਾ ਚਾਹੀਦਾ ਇਸ ਮਾਮਲੇ ਦੇ ਵਿੱਚ ਮੇਰੇ ਹਿਸਾਬ ਨਾਲ ਸਿੰਗਿੰਗ ਦਾ ਤੇ ਲੜਾਈ ਦਾ ਕੋਈ ਕੰਪੈਰੀਜ਼ਨ ਨਹੀਂਗਾ ਮੇਰੇ ਹਿਸਾਬ ਨਾਲ ਦੋਨੇ ਇੱਕ ਦੂਜੇ ਦੇ ਆਪੋਜ਼ਿਟ ਨੇ ਪਰ ਹੁਣ ਮਾਹੌਲ ਅੱਜ ਕੱਲ ਦਾ ਸਹੀ ਹੈ ਤੇ ਆਪਸ ਚ ਜੋ ਇੱਕ ਦੂਜੇ ਨਾਲ ਸਿੰਗਰ ਹੀ ਇੱਕ ਦੂਜੇ ਸਿੰਗਰ ਨਾਲ ਲੜਦੇ ਰਹਿੰਦੇ ਹੁਣ ਵੀ ਪਿੱਛੇ ਜੇ ਵੀਡੀਓਜ਼ ਆਈ ਸੀ ਇੱਕ ਦੂਜੇ ਨੂੰ ਜਵਾਬ ਦਿੰਦੇ ਰਹਿੰਦੇ ਆ ਉਹ ਚੀਜ਼ ਨਹੀਂ ਨਹੀਂ ਉਹ ਕੰਟਰੋਵਰਸ ਉਹ ਗਲਤ ਹੈ ਕਿਸੇ ਵੀ ਸੇ ਹਨਾ ਸਿੰਗਿੰਗ ਤਾਂ ਮੇਰੇ ਹਿਸਾਬ ਨਾਲ ਜੋ ਹੈਗਾ ਇਹ ਪਿਆਰ ਹੀ ਸਿਖਾਉਂਦੀ ਹੈ ਇੱਕ ਦੂਜੇ ਨਾਲ ਹਨਾ ਤੇ ਇਹ ਗਲਤ ਹੈ ਮੇਰੇ ਹਿਸਾਬ ਨਾਲ ਇੱਕ ਦੂਜੇ ਨਾਲ ਨਹੀਂ ਭਰਾਵਾਂ ਵਾਂਗ ਰਹਿਣਾ ਚਾਹੀਦਾ ਰਲ ਕੇ ਰਹਿਣਾ ਚਾਹੀਦਾ ਹਨਾ ਅੱਛਾ ਭਾਈ ਜਦੋਂ ਪਹਿਲੀ ਵਾਰ ਸਕੂਲ ਚ ਹਨਾ ਗਾ ਜਿਵੇਂ ਤੁਸੀਂ ਕਹਿ ਰਹੇ ਹੋ ਗਾਣੇ ਗਾਏ ਉਦੋਂ ਕਿਹੜਾ ਗਾਣਾ ਗਾਇਆ ਸੀਗਾ ਪਹਿਲੀ ਵਾਰ ਇੱਦਾਂ ਤਾਂ ਹੁਣ ਯਾਦ ਨਹੀਂ ਪਰ ਫਿਰ ਵੀ ਇੱਕ ਨਾ ਸਹੀ ਗੀਤ ਬਹੁਤ ਪੁਰਾਣਾ ਹੈ ਸਿੰਗਰ ਦਾ ਮੈਨੂੰ ਨਾਮ ਨਹੀਂ ਯਾਦ ਹੈ ਇਸ ਟਾਈਮ ਉਹ ਸੀ ਉਮਰਤਾ ਖਾਲੀ ਮੇਰੀ ਛੋਰੀਆਂ ਤੇ ਤੰਗੀਆਂ ਨੇ ਅੰਗ ਅੰਗ ਦੇ ਗਿਆ ਜਵਾਬ ਪੁੱਤਰਾ ਵੇ ਰੱਖੀ ਇੱਜ਼ਤਾਂ ਬਚਾ ਕੇ ਲਾਈ ਚਿੱਟੀ ਪੱਗ ਤੇ ਨਾ ਦਾਗ ਪੁੱਤਰਾ ਵੇ ਰੱਖੀ ਇੱਜ਼ਤਾਂ ਬਚਾ ਕੇ ਤੇ ਉਦੋਂ ਫਿਰ ਟੀਚਰਾਂ ਕੀ ਕਹਿੰਦੇ ਜੇ ਗਾਣੇ ਗਾਉਂਦੇ ਸੀ ਟੀਚਰਾਂ ਦਾ ਕੀ ਰਿਐਕਸ਼ਨ ਹੁੰਦਾ ਸੀ ਉਹ ਪਹਿਲੀ ਟਾਈਮ ਸੀ ਮੈਂ ਜਦੋਂ ਇਹ ਗਾਇਆ ਤੇ ਮੇਰੇ ਪ੍ਰੋਫੈਸਰ ਸਾਹਿਬ ਨੇ ਉਹਨੂੰ ਉਦੋਂ ਉਸ ਟਾਈਮ ਦੇ ਵਿੱਚ ਮਤਲਬ ਮੈਨੂੰ ਇਨਾਮ ਦਿੱਤਾ ਸੀ ਸਪੈਸ਼ਲੀ 10 ਰੁਪਏ ਦਿੱਤੇ ਉਦੋਂ ਤੇ ਉਹ ਮੇਰੇ ਲਈ ਹੋ ਸਕਦਾ ਵੀ ਉਹ ਕੁਝ ਚੰਗਾ ਕਰਨ ਦੀ ਕੁਝ ਵਧੀਆ ਕਰਨ ਦੀ ਇੱਕ ਤਾਂਗ ਜੀ ਹੋ ਗਈ ਅੰਦਰ ਵੀ ਇਸ ਲਾਈਨ 'ਚ ਜਾਣਾ ਚਾਹੀਦਾ ਜਾਣਾ ਤੇ ਤੇ ਉਹ ਉਹ ਮਤਲਬ ਥੋੜੀ ਪਹਿਲੀ ਕਮਾਈ ਸੀ ਪਹਿਲੀ ਕਮਾਈ ਸੀ ਉਹਦਾ ਉਹਦਾ ਕੀ ਕੀਤਾ ਸੀ ਫਿਰ 10 ਰੁਪਏ ਦਾ ਯਾਦ ਹੈ ਕੁਝ ਨਹੀਂ ਇਹਨਾਂ ਤੇ ਨਹੀਂ ਯਾਦ ਕਿਉਂਕਿ ਉਸ ਟਾਈਮ ਦੇ ਹੁਣ ਤਾਂ ਕੋਈ 10 ਰੁਪਏ ਬਹੁਤ ਜ਼ਿਆਦਾ ਸੀ ਤੇ ਉਹ ਅੱਜ ਤੋਂ ਮੇਰੇ ਖਿਆਲ ਚ ਕੋਈ 90 95 ਦੇ ਕਰੀਬ ਦੀ ਗੱਲ ਹੋਣੀ ਨਾ ਤੇ ਉਹ ਬਿਲਕੁਲ ਛੋਟੀ ਸੀ ਉਦੋਂ ਤੇ ਨਾਲ ਜਦ ਆਪ ਗਾਨੇ ਤਾਂ ਨਾਲ ਦੇ ਜਿਹੜੇ ਯਾਰ ਦੋਸਤ ਹੁੰਦੇ ਆ ਉਹ ਵੀ ਉਹ ਕਹਿੰਦੇ ਹਾਂ ਯਾਰ ਬਹੁਤ ਵਧੀਆ ਗਾਇਆ ਯਾ ਅਸੀਂ ਸਪੋਰਟ ਕਰਾਂਗੇ ਤਾਂ ਉਹਨਾਂ ਦੀ ਸੀ ਸਪੋਰਟ ਤੇ ਉਹ ਯਾਰ ਦੋਸਤ ਅੱਜ ਵੀ ਹੈਗੇ ਆ ਹੈ ਨਹੀਂ ਉਹ ਯਾਰ ਦੋਸਤ ਨਹੀਂ ਯਾਰ ਹੀ ਦੋਸਤੀ ਦੇ ਨਾਲ ਹੀ ਹੈ ਸਭ ਕੁਝ ਉਦੋਂ ਤੋਂ ਵੀ ਹੁਣ ਤੱਕ ਵੀ ਸਪੋਰਟ ਕਰਦੇ ਨੇ ਹੁਣ ਵੀ ਉਹ ਜੋ ਕੁਝ ਬਾਹਰ ਚਲੇ ਗਏ ਕੁਝ ਇਧਰ ਨੇ ਨਾ ਉਹ ਹੁਣ ਵੀ ਫੇਸਬੁੱਕ ਵਗੈਰਾ ਜਾਂ ਹੋਰ ਸੋਸ਼ਲ ਮੀਡੀਆ ਦੇ ਮੁਤਾਬਕ ਜੁੜ ਗਏ ਨਾਲ ਦੁਬਾਰਾ ਹਨ ਤੇ ਉਹਨਾਂ ਨਾਲ ਵੀ ਉਦਾਂ ਹੀ ਰਾਬਤਾ ਹੈਗਾ ਕਾਫੀ ਸਰ ਗੀਤ ਪਿੱਛੇ ਕੀਤਾ ਆਪਣੇ ਸਕੂਲ ਟਾਈਮ ਕੀਤਾ ਸੀ ਹਾਂ ਤੇ ਉਹ ਮੇਰੇ ਸੀਨੀਅਰ ਸਿਮਰ ਭਰਾਵਾਂਗੇ ਤੇ ਨਵਦੀਪ ਸਨੂਏ ਤੇ ਉਹਨਾਂ ਨੇ ਉਹ ਬਾਅਦੋਂ ਮੈਨੂੰ ਕਾਲ ਕੀਤੀ ਤੇ ਆਪਾਂ ਇਦਾਂ ਗੀਤ ਕਰਨਾ ਤੇ ਉਹ ਉਦਾਂ ਹੀ ਰਾਬਤਾ ਬਣਿਆ ਸਕੂਲ ਟਾਈਮ ਦਾ ਹਨਾ ਉਹ ਏਦਾਂ ਹੀ سپورਟ ਹੀ ਹਮੇਸ਼ਾ ਨਾਲ ਸਾਰਿਆਂ ਦੀ ਤੇ ਕਿਵੇਂ ਡਿਸਾਈਡ ਕਰਦੇ ਆ ਫਿਰ ਵੀ ਮਤਲਬ ਕਿਸ ਕਿਸ ਤੋਂ 뮤ਜ਼ਿਕ ਲੈਣਾ ਕਿਸ ਤੋਂ ਮਤਲਬ ਕਿ ਨੂੰ ਮਾਡਲ ਲੈਣਾ ਜਾਂ ਕੌਣ ਵੀਡੀਓ ਕਰੂਗਾ ਇਹਦੀ ਪਲੈਨਿੰਗ ਹੁੰਦੀ ਹੈ ਇਹ ਸਾਰੀ ਟੀਮ ਨੇ ਜਿੱਦਾਂ ਸਿਟੀ ਐਂਟਰਟੇਨਮੈਂਟ ਨਾਲ ਕੰਮ ਕਰਦੇ ਆ ਕੰਮ ਕਰਦੇ ਆ ਨਾ ਜਾਂ ਫਲੋਰ ਰਿਕਾਰਡ ਹੈ ਨਾ ਉਹ ਵੀ ਹੈਗੇ ਉਹ ਤੇ ਉਹ ਸਾਰਾ ਟੀਮ ਵਰਕ ਹੀ ਹੁੰਦਾ ਵੀ ਦੇਖ ਕੇ ਵੀ ਕਿਹਨਾਂ ਕੋਲ ਕਿੱਦਾਂ ਕਰਨਾ ਨਾ ਤੇ ਲਿਰਿਕਸ ਤੇ 뮤ਜ਼ਿਕ ਤੇ ਸਭ ਕੁਝ ਡਿਫਰੈਂਟ ਤੇ ਇਸ ਇਸ ਗਾਣੇ 'ਚ ਤੁਸੀਂ ਆਪ ਮਾਡਲਿੰਗ ਨਹੀਂ ਕੀਤੀ ਹੈ ਨਾ ਸਕੂਲ ਟਾਈਮ 'ਚ ਉਹਦਾ ਕੀ ਕਰਨ ਤੁਸੀਂ ਆਪ ਕਿਹਾ ਵੀ ਮੈਂ ਨਹੀਂ ਕਰਨੀ ਆ ਕੀ ਨਹੀਂ ਨਹੀਂ ਉਹ ਸੀ ਮਤਲਬ ਥੋੜਾ ਬਿਲਕੁਲ ਸਕੂਲ ਟਾਈਮ ਦਾ ਹੈਗਾ ਸੀ ਨਾ ਤੇ ਉਹ ਉਸ ਮੁਤਾਬਕ ਸ਼ਾਇਦ ਨਹੀਂ ਸੀ ਲੋਕ ਤੇ ਉਸ ਕਰਕੇ ਉਹਨਾਂ ਨੇ ਐਂਟਰੀ ਦਿਖਾਈ ਤੇ ਉਹ ਇੱਕ ਥੋੜਾ ਬਹੁਤ ਹੈਗਾ ਸੀ ਰੀਅਲ ਸਟੋਰੀ ਦੇ ਨੇੜੇ ਸੀਗੀ ਤੇ ਉਹ ਸਾਰਾ ਕੁਝ ਉਸੇ ਉਦਾਂ ਹੀ ਦਿਖਾਉਣਾ ਪਿਆ ਨਾ ਤੇ ਇਸ ਕਰਕੇ ਵੀ ਥੋੜਾ ਓਕੇ ਅੱਛਾ ਪਰ ਕਿੰਨਾ ਕੁ ਔਖਾ ਸਮਝਦੇ ਅੱਜ ਕੱਲ ਆਪਣੇ ਆਪ ਨੂੰ ਇਸ ਲਾਈਨ ਦੇ ਵਿੱਚ ਜਿਉਂਦਾ ਰੱਖਣਾ ਕਿਉਂਕਿ ਗਾਣੇ ਬੈਕ ਟੂ ਬੈਕ ਆਉਂਦੇ ਆ ਸਿੰਗਰ ਬਹੁਤ ਜ਼ਿਆਦਾ ਆ ਰਹੇ ਆ ਇਸ ਟਾਈਮ ਨਹੀਂ ਔਖਾ ਤਾਂ ਹੈ ਬਿਲਕੁਲ ਤੇ ਬਾਕੀ ਪਤਾ ਨਹੀਂ ਹੁੰਦਾ ਵੀ ਕਦੋਂ ਤੇ ਕਿਹੜੇ ਗੀਤੇ ਤੋਂ ਸਟੈਬਲਿਸ਼ ਹੋ ਜਾਣਾ ਕਈ ਵਾਰੀ ਬਿਨਾ ਮਤਲਬ ਰਿਕਾਰਡ ਕੀਤੇ ਤੋਂ ਹੀ ਕੋਈ ਫੇਮਸ ਹੋ ਜਾਂਦਾ ਨਾ ਸੋਸ਼ਲ ਮੀਡੀਆ ਦੇ ਨਾਲ ਸਹੂਲਤ ਬਹੁਤ ਵਧੀਆ ਪਹਿਲਾਂ ਨਾਲ ਹਰ ਇੱਕ ਨੂੰ ਪਹਿਲਾਂ ਸਿੰਗਿੰਗ ਬਾਰੇ ਇੰਨੀ ਨੌਲੇਜ ਮਤਲਬ ਹਰ ਇੱਕ ਜਿਹੜਾ ਕੋਈ ਨੌਲੇਜ ਵਾਲਾ ਸੀ ਉਹੀ ਗਾਉਂਦਾ ਸੀ ਨਾ ਬਿਲਕੁਲ ਤੇ ਅੱਜਕੱਲ ਥੋੜਾ ਇਸ ਚੀਜ਼ ਤੋਂ ਡਿਫਰੈਂਟ ਹੋ ਗਿਆ ਕਿ ਅੱਜਕੱਲ ਜਣਾ ਖਣੀ ਸੋਸ਼ਲ ਮੀਡੀਆ ਤੇ ਆ ਜਾਂਦਾ ਤੇ ਕਈਆਂ ਦਾ ਤੁੱਕਾ ਵੀ ਲੱਗ ਜਾਂਦਾ ਹਾਂ ਬਿਲਕੁਲ ਸਹੀ ਵੀ ਹੋ ਜਾਂਦਾ ਉਹਨਾਂ ਲਈ ਵਧੀਆ ਵੀ ਛੇਤੀ ਸਾਬਲ ਹੋ ਜਾਂਦੇ ਨੇ ਸਟੈਬਲਿਸ਼ ਅੱਛਾ ਭਾਜੀ ਕਦੀ ਐਦਾਂ ਨਹੀਂ ਹੋਇਆ ਕਿਉਂਕਿ ਆਪਾਂ ਜਿਵੇਂ ਦੇਖਦੇ ਆਂ ਕਾਫੀ ਐਜੇ ਆ ਜਿਨ੍ਹਾਂ ਨੂੰ ਸਿੰਗਿੰਗ ਜਮਾ ਹੀ ਨਹੀਂ ਆਉਂਦੀ ਜਿਵੇਂ ਤੁਸੀਂ ਹੈ ਨਾ ਗੱਲ ਕਰ ਰਹੇ ਹੋ ਹਾਲੇ ਕਿ ਬਹੁਤ ਮਤਲਬ ਅਜੀਬ ਗਾਉਂਦੇ ਆ ਨਾ ਸੁਰ ਨਾ ਤਾਲ ਕੁਛ ਨਹੀਂ ਉਹਨਾਂ ਨੂੰ ਪਤਾ ਪਰ ਫਿਰ ਵੀ ਉਹ ਇੰਨੇ ਜ਼ਿਆਦਾ ਹਿੱਟ ਹੋ ਗਏ ਕਿ ਉਹਨਾਂ ਦੇ ਬਾਅਦ ਫੋਰਨ ਚ ਵੀ ਸ਼ੋਜ਼ ਲੱਗ ਰਿਹਾ ਤਾਂ ਉਹ ਦੇਖ ਕੇ ਕਈ ਵਾਰ ਦੁੱਖ ਨਹੀਂ ਹੁੰਦਾ ਵੀ ਜਿਹੜੇ ਐਨੀ ਮੇਨਟ ਕਰ ਰਹੇ ਆ ਨਾ ਜਿਹੜੇ ਅੱਛੇ ਸਿੰਗਰ ਆ ਉਹਨਾਂ ਦੇ ਲੋਕ ਥੱਲੇ ਕਮ ਪਰ ਜਿਹੜੇ ਮਾੜੇ ਹੁੰਦੇ ਆ ਉਹਨਾਂ ਦੇ ਥੱਲੇ ਜ਼ਿਆਦਾ ਜਲਦੀ ਕਮੈਂਟ ਕਰਨ ਚੱਲ ਜਾਂਦੇ ਆ ਬਿਲਕੁਲ ਨਹੀਂ ਮੇਰੇ ਹਿਸਾਬ ਨਾਲੇ ਆ ਵੀ ਚਲੋ ਬਾਕੀ ਦਾ ਹਰ ਇੱਕ ਨੇ ਆਪਣੀ ਕਿਸਮਤ ਦਾ ਖਾਣਾ ਹਰ ਇੱਕ ਦਾ ਸ਼ੌਕ ਆ ਉਹਨੂੰ ਪੂਰਾ ਕਰਨਾ ਚਾਹੀਦਾ ਹੈ ਹੈਨਾ ਤੇ ਇਸ ਮਾਮਲੇ 'ਚ ਤਾਂ ਹੁਣ ਕੀ ਕਹਿ ਸਕਦਾ ਹਾਂ ਜਿਆਦਾ ਨਾ ਹਰ ਇੱਕ ਨੂੰ ਆਪਣਾ ਸ਼ੌਕ ਪੂਰਾ ਕਰਈਆਂ ਦਾ ਸਹੀ ਆ ਜਾਂਦਾ ਚਲੋ ਵਧੀਆ ਗੱਲ ਆ ਉਹਨਾਂ ਨੂੰ ਵੀ ਹੱਕ ਤਾਂ ਉਹਨਾਂ ਹੀ ਆ ਗਣ ਗਣਾਉਣ ਦਾ ਬਿਲਕੁਲ ਕਈਆਂ ਦਾ ਲੋਟ ਆ ਜਾਂਦਾ ਹਾਂ ਉਹ ਸਹੀ ਕਹਿ ਰਹੇ ਸੀ ਲੋਟ ਆ ਜਾਂਦਾ ਬਿਲਕੁਲ ਅੱਛਾ ਪੋਲਿਟਿਕਸ ਚ ਕਿੰਨਾ ਕਿ ਇੰਟਰਸਟ ਰੱਖਦੇ ਹੋ ਤੁਸੀਂ ਅੱਜ ਕੱਲ ਜਿਵੇਂ ਸਿੰਗਰਾਂ ਦਾ ਬਹੁਤ ਜ਼ਿਆਦਾ ਇੰਟਰਸਟ ਹੈ ਨਾ ਪੋਲਿਟਿਕਸ ਚ ਮੇਰੇ ਸਾਹਬ ਨਾਲ ਪੋਲਿਟਿਕਸ ਦਾ ਤੇ ਸਿੰਗਰ ਦਾ ਕੋਈ ਹੈ ਨਹੀਂ ਸਕਦਾ ਮੇਰੇ ਸਾਹਬ ਨਾਲ ਬਹੁਤ ਗਲਤ ਆ ਕਿਉਂਕਿ ਸਿੰਗਰ ਤਾਂ ਨਾ ਹਰ ਇੱਕ ਦਾ ਸਾਂਝਾ ਪੋਲਿਟਿਕਸ ਤੁਸੀਂ ਕਿਸੇ ਵੀ ਪਾਰਟੀ ਨੂੰ ਜੁਆਇਨ ਕਰਦੇ ਹੋ ਤਾਂ ਸਮਝ ਲਓ ਵੀ ਦੂਸਰੀ ਤੁਹਾਡੇ ਓਪੋਜ਼ਿਟ ਹੋ ਗਈ ਹਾਂ ਇੱਕ ਪਾਰਟੀ ਦੇ ਹੋ ਗਏ ਤੇ ਦੂਸਰੀ ਪਾਰਟੀ ਤੁਹਾਡੇ ਓਪੋਜ਼ਿਟ ਹੋਊਗੀ ਹੋਊਗੀ ਨਾ ਕੋਈ ਵੀ ਸਿੰਗਰ ਤੇ ਸਿੰਗਰ ਸਾਰਿਆਂ ਦਾ ਸਾਂਝਾ ਹੈ ਨਾ ਤੇ ਉਹਦੇ ਲਈ ਮੇਰੇ ਸਾਹਬ ਨਾਲ ਪੋਲਿਟਿਕਸ ਸਹੀ ਨਹੀਂ ਗਏ ਹੂੰ ਹੂੰ ਬਾਕੀ ਹਰ ਇੱਕ ਦੀ ਆਪਣੀ ਸੋਚ ਆ ਉੱਥੇ ਕੁਝ ਨਹੀਂ ਕਹਿ ਸਕਦੇ ਅਜਾ ਭਾਈ ਜਦੋਂ ਪਹਿਲਾ ਗਾਣਾ ਰਿਲੀਜ਼ ਹੋਇਆ ਪਹਿਲੇ ਗਾਣਾ ਰਿਲੀਜ਼ ਹੋਣ ਤੋਂ ਬਾਅਦ ਕੀ ਰਿਐਕਸ਼ਨ ਸੀ ਸਾਰਿਆਂ ਦਾ ਤੇ ਕਿੰਨਾ ਕੁ ਔਖਾ ਹੋਇਆ ਪਹਿਲੇ ਗਾਣੇ ਲਈ ਕਿਉਂਕਿ ਬਜਟ ਇਕੱਠਾ ਕਰਨਾ ਉਹ ਚੀਜ਼ਾਂ ਦਾ ਕਿਵੇਂ ਬਣਿਆ ਸਾਰਾ ਕੁਝ ਹੂੰ ਬਿਲਕੁਲ ਉਦੋਂ ਤੋਂ ਮੇਰੇ ਫਰੈਂਡ ਸਰਕਲ ਹੈਗਾ ਸੀ ਨਾਲ ਸਾਰਾ ਬਾਕੀ ਕਰੋ ਬਹੁਤ ਸਪੋਰਟ ਸੀ ਉਦੋਂ ਤੇ ਉਹ ਰਹਿ ਤਾਂ ਔਖਾ ਹੀ ਕਿਉਂਕਿ ਇੰਨੀ ਅਮਾਉਂਟ ਇਕੱਠੀ ਕਰਨੀ ਇਕੱਲੇ ਉਹਨਾਂ ਦਾ ਮੁਸ਼ਕਿਲ ਹੋ ਜਾਂਦੀ ਹੈ ਤੇ ਪਰ ਫਿਰ ਵੀ ਹੋ ਗਿਆ ਮੈਨੇਜ ਕੀਤਾ ਤੇ ਰਿਸਪੌਂਸ ਬਹੁਤ ਸੋਹਣਾ ਰਿਹਾ ਗੀਤ ਦਾ ਸੋਹਣਾ ਤੇ ਉਹ ਫਿਰ ਕਈ ਵਾਰ ਉਹ ਭੁੱਲ ਜਾਂਦਾ ਜਦੋਂ ਲੱਗਿਆ ਨਾ ਥੋੜਾ ਹਾਂ ਬਿਲਕੁਲ ਜਦੋਂ ਤੁਹਾਨੂੰ ਕੁਝ ਨਾ ਕੁਝ ਫੇਮਸ ਮਿਲਣਾ ਸ਼ੁਰੂ ਹੋ ਜਾਵੇ ਨਾ ਫੇਮ ਮਿਲਣਾ ਸ਼ੁਰੂ ਹੋ ਜਾਵੇ ਹੂੰ ਤਾਂ ਉਹ ਮੇਰੇ ਸਾਹਬ ਨਾਲ ਉਹ ਭੁੱਲ ਜਾਂਦਾ ਹੈ ਨਾ ਕਿਤੇ ਨਾ ਕਿਤੇ ਮਤਲਬ ਉਹ ਫਿਰ ਉਹ ਨਹੀਂ ਹੁੰਦਾ ਕਿ ਜਿਹੜੇ ਪੈਸੇ ਲੱਗੇ ਉਹ ਦੁੱਖ ਨਹੀਂ ਦੁੱਖ ਨਹੀਂ ਲੱਗਦਾ ਬਿਲਕੁਲ ਅੱਛਾ ਰਿਐਕਸ਼ਨ ਕੀ ਸੀ ਘਰਦਿਆਂ ਦਾ ਜਾਂ ਜਿਨ੍ਹਾਂ ਨੂੰ ਪਤਾ ਵੀ ਨਹੀਂ ਸੀ ਵੀ ਤੁਸੀਂ ਗਾਣਾ ਕੱਢਣਾ ਸਿੱਧਾ ਹੀ ਗਾਣਾ ਰਿਲੀਜ਼ ਬਿਲਕੁਲ ਕਈਆਂ ਨੇ ਤਾਂ ਕਿਹਾ ਮਤਲਬ ਵੀ ਸਾਨੂੰ ਪਤਾ ਨਹੀਂ ਉਸ ਤੋਂ ਇੰਨਾ ਸੋਹਣਾ ਗਾ ਲੰਨਾ ਹੈ ਨਾ ਹਰ ਇੱਕ ਦੀ ਹੀ ਕਿਉਂਕਿ ਬਹੁਤੇ ਨੇ ਮੈਨੂੰ ਸੁਣਿਆ ਨਹੀਂ ਸੀ ਕਿਉਂਦੇ ਨਾ ਕਿਉਂਕਿ ਕੋਈ ਫਸਟ ਐਂਟਰੀ ਥੋੜੀ ਤੇ ਕਾਫੀ ਸਾਰੇ ਲਿੰਕ ਬਹੁਤ ਸਾਰੇ ਬਣੇ ਉਸ ਤੋਂ ਬਾਅਦ ਹੈ ਨਾ ਤੇ ਕਾਫੀ ਸਾਰੇ ਉਹੀ ਲਿੰਕ ਵਰਤ ਰਹੇ ਹੁਣ ਤੱਕ ਉਹੀ ਕੰਮ ਆ ਰਹੇ ਤੇ ਇੰਡਸਟਰੀ ਚ ਕੌਣ ਲੱਗਦਾ ਵੀ ਹਾਂ ਸਪੋਰਟ ਕਰਨ ਵਾਲਾ ਆ ਜਾਂ ਜੋ ਜੋ ਤੁਹਾਨੂੰ ਲੱਗਦਾ ਹੋਵੇ ਜੋ ਸਭ ਤੋਂ ਵਧੀਆ ਇਸ ਟਾਈਮ ਹੈਗਾ ਇੰਡਸਟਰੀ ਚ ਕਿਉਂਕਿ ਜਿਆਦਾਤਰ ਇਹ ਜੇ ਹੁੰਦੇ ਆ ਜਿਹੜੇ ਆਪਣੇ ਤੱਕ ਹੀ ਮਤਲਬ ਰੱਖਦੇ ਆ ਬਾਕੀਆਂ ਨਾਲ ਨਹੀਂ ਜਿਆਦਾ ਉਹ ਕਰਦੇ ਤੁਹਾਡਾ ਇੰਟਰੈਕਸ਼ਨ ਕੀ ਦੇ ਨਾਲ ਜ਼ਿਆਦਾ ਹੁੰਦਾ ਕਿ ਜੇ ਮੇਰੀ ਤਾਂ ਸਾਰੀ ਟੀਮ ਹੀ ਹੈ ਜਦੋਂ ਕੰਮ ਕਰਦੇ ਆ ਉਹਨਾਂ ਦੇ ਨਾਲ ਹੀ ਸਾਰਾ ਹੈ ਨਾ ਤੇ ਸੋਨੂ ਭਾਈ ਹੋਣੀ ਹੋਗੇ ਜਿੱਦਾਂ ਜਿੰਨਾਂ ਨੇ ਹੁਣ ਸਕੂਲ ਟਾਈਮ ਕੀਤਾ ਸੀ ਟੀ ਐਂਟਰਟੇਨਮੈਂਟ ਤੋਂ ਜਾਂ ਸਰਵਜੀਤ ਯੂ ਐਸਏ ਸਰਵਜੀਤ ਭਾਈ ਨੇ ਯੂ ਐਸਏ ਤੋਂ ਫਲੋਰ ਰਿਕਾਰਡ ਜੋ ਤੇ ਉਹਨਾਂ ਦਾ ਵੀ ਮਤਲਬ ਜੋ ਵੀ ਅਸੀਂ ਕਰਦੇ ਆ ਨਾ ਕੋਈ ਵੀ ਕੀਤਾ ਤਾਂ ਉਹਨਾਂ ਦੀ ਸਪੋਰਟ ਜ਼ਿਆਦਾ ਰਹਿੰਦੀ ਨਾਲ ਹੈ ਨਾ ਕਿਉਂਕਿ ਉਹਨੋਂ ਪਹਿਲਾਂ ਵਾਂਗ ਫੀਲ ਜ ਨਹੀਂ ਹੁੰਦਾ ਪੱਲਿਆਂ ਤੋਂ ਜ਼ਿਆਦਾ ਨਹੀਂ ਲਾਉਣਾ ਪੈਂਦਾ ਤੇ ਉਹ ਥੋੜਾ ਵੰਡਿਆ ਜਾਂਦਾ ਕੰਮ ਬਿਲਕੁਲ ਅੱਛਾ ਦੌਰ ਬਦਲ ਗਿਆ ਇੱਕ ਪਹਿਲਾਂ ਰੀਲਾਂ ਦਾ ਫਿਰ ਸੀਡੀਆਂ ਦਾ ਦੌਰ ਆਇਆ ਫਿਰ ਪੈਨ ਡਰਾਈਵਾਂ ਦਾ ਦੌਰ ਆਇਆ ਹੁਣ ਅੱਜ ਕੱਲ ਜਮੈਂ ਹੀ ਦੌਰ YouTube ਦਾ ਦੌਰ ਚੱਲ ਰਿਹਾ ਹੈ ਨਾ ਤੇ ਇਹ ਦੌਰ ਜਿਹੜੇ ਬਦਲੇ ਆ ਇਹ ਕਿੰਨੇ ਇੱਕ ਇਹਨੂੰ ਪੋਜ਼ਿਟਿਵ ਦੇਖਦੇ ਹੋ ਸਿੰਗਰਾਂ ਲਈ ਕਿੰਨਾ ਕੁ ਤੁਹਾਨੂੰ ਲੱਗਦਾ ਵੀ ਨੁਕਸਾਨ ਹੋਇਆ ਇਹ ਦੌਰ ਬਦਲਣ ਦਾ ਇਹ ਨੁਕਸਾਨ ਹੋਇਆ ਵੀ ਪਰ ਥੋੜਾ ਮੇਰੇ ਸਾਬ ਨਾਲ ਪਹਿਲਾਂ ਨਾਲੋਂ ਸਸਤਾ ਵੀ ਹੋ ਗਿਆ ਕੰਮ ਨੂੰ ਥੋੜਾ ਹੈ ਨਾ ਤੇ ਵੀ ਸੋਸ਼ਲ ਮੀਡੀਆ ਤੇ ਜਦੋਂ ਹੁਣ ਕਾਫੀ ਸਿੰਗਰ ਜਿਹੜੇ ਵੀ ਕਈ ਵਾਰੀ ਵੈਸੇ ਹੀ ਗਾਇਆ ਹੋਏਗੀ ਹਿੱਟ ਹੋ ਜਾਂਦਾ ਉਹਨੂੰ ਕੋਈ ਕੰਪਨੀ ਸਪੋਰਟ ਕਰਦੇ ਪਹਿਲਾਂ ਇਦਾਂ ਦਾ ਬਹੁਤ ਘੱਟ ਸੀ ਨਾ ਤੇ ਉਹ ਜੋ ਸਿੱਖਿਆ ਹੋਇਆ ਸੀ ਜਾਂ ਕਿਤੇ ਨਾ ਕਿਤੇ ਜਾਂ ਮੈਂ ਤਾਂ ਕਰਨੀ ਬੰਦੇ ਦੀ ਕੰਪਨੀਆਂ ਦੀਆਂ ਜਾ ਕੇ ਹੁਣ ਅੱਜ ਕੱਲ ਇਹ ਕੋ ਸੋਸ਼ਲ ਮੀਡੀਆ ਤੇ ਗਲਾ ਆਪਣਾ ਹੀ ਚੈਨਲ ਬਣਾ ਲੈਂਦਾ ਤੇ ਕੰਪਨੀ ਖੜੀ ਕਰ ਲੈਂਦਾ ਨਾ ਤੇ ਇਹ ਜ਼ਰੂਰ ਫਰਕ ਪਿਆ ਨਾ ਕੀ ਬਾਤ ਹੈ ਅੱਛਾ ਭਾਈ ਸਕੂਲ ਟਾਈਮ ਗਾਣਾ ਹੈ ਨਾ ਬਹੁਤ ਵਧੀਆ ਜਾ ਰਿਹਾ ਬਹੁਤ ਪਸੰਦ ਵੀ ਲੋਕਾਂ ਨੇ ਤਾਂ ਹੁਣ ਮੈਨੂੰ ਲੱਗਦਾ ਬ੍ਰੇਕ ਦਾ ਵੀ ਟਾਈਮ ਹੋ ਗਿਆ ਤੇ ਬ੍ਰੇਕ ਤੇ ਜਾਂਦੇ ਜਾਂਦੇ ਉਹ ਗਾਣਾ ਜ਼ਰੂਰ ਹੋ ਜਵੇ ਇੱਕ ਵਾਰ ਓਦ ਨਾਲ ਪਿਆਰ ਮੇਰਾ ਪਿਆਸੀ ਜਦੋਂ ਨਾਹੀਂ ਨਿੱਕੇ ਨਾਹੀਂ ਵੱਡੇ ਹੁੰਦੇ ਸੀ ਓਦੋਂ ਉਹਦੇ ਨਾਲ ਪਿਆਰ ਮੇਰਾ ਪਿਆਸੀ ਜਦੋਂ ਨਾਹੀਂ ਨਿੱਕੇ ਨਾਹੀਂ ਵੱਡੇ ਹੁੰਦੇ ਸੀ ਉਦੋਂ ਸਮਝ ਨਾ ਆਈ ਮੈਨੂੰ ਗੱਲ ਦਿਲ ਦੀ ਹੀਰੇ ਜਿਹੇ ਹੱਦ ਲਿਓ ਦਾ ਹੋ ਗਿਆ ਕਦੋਂ ਉਹਦੇ ਨਾਲ ਪਿਆਰ ਮੇਰਾ ਪਿਆਸੀ ਜਦੋਂ ਨਾਹੀਂ ਨਿੱਕੇ ਨਾਹੀਂ ਵੱਡੇ ਹੁੰਦੇ ਸੀ ਉਦੋਂ ਕਿਆ ਬਾਤ ਹੈ ਭਜੀ ਇਹ ਗਾਣਾ ਤਾਂ ਮਤਲਬ ਸਾਰਿਆਂ ਰੀਲ ਤੇ ਵੀ ਬਹੁਤ ਜ਼ਿਆਦਾ ਪਸੰਦੀ ਕੀਤਾ ਲੋਕਾਂ ਨੇ ਰੀਲਾਂ ਵੀ ਇਸ ਗਾਣੇ ਤੇ ਬਹੁਤ ਬਹੁਤ ਜ਼ਿਆਦਾ ਸਾਰਿਆਂ ਦਾ ਰਿਣੀਆਂ ਜਿਨ੍ਹਾਂ ਨੇ ਨਾ ਪਿਆਰ ਦਿੱਤਾ ਨਾ ਤੇ ਹੁਣ ਤੱਕ ਤੇ ਅੱਗੇ ਵੀ ਕੁਝ ਇਦਾਂ ਦਾ ਵਧੀਆ ਕਰਦੇ ਰਾਵਾਂਗੇ ਜ਼ਰੂਰ ਕਿਹੜੇ ਪ੍ਰੋਜੈਕਟ ਹੁਣ ਅੱਗੇ ਕਰਨ ਦੀ ਕੋਈ ਕਹੇ ਜੇ ਪ੍ਰੋਜੈਕਟ ਜ਼ਿਆਦਾ ਕਰਨੇ ਪਸੰਦ ਕਰੂਗੇ ਅੱਗੇ ਫਿਊਚਰ ਚ ਮਤਲਬ ਥੋੜੇ ਮਾਰ-ਦਾੜ ਤੋਂ ਦਾ ਪਰੇ ਹੀ ਰਾਵਾਂਗੇ ਥੋੜਾ ਇਹ ਤਾਂ ਹੈ ਵੀ ਥੋੜਾ ਵਧੀਆ ਕੰਮ ਹੀ ਕਰੂਗੇ ਜਿਸ ਨੂੰ ਹਰ ਕੋਈ ਸਲਾਹ ਹੈ ਨਾ ਵਧੀਆ ਪਸੰਦ ਕਰੇ ਜਿਸ ਨੂੰ ਅੱਛਾ ਭਾਈ ਮੈਨੂੰ ਲੱਗਦਾ ਬ੍ਰੇਕ ਦਾ ਟਾਈਮ ਹੋ ਗਿਆ ਆਪਾਂ ਬ੍ਰੇਕ ਲੈਂਦੇ ਆ ਸਾਨੂੰ ਦਊ ਇੱਕ ਥੋੜੀ ਜੀ ਜ਼ਿਆਦਾਤ ਬ੍ਰੇਕ ਲੈਂਦੇ ਸੀ ਹੁਣੇ ਗਏ ਤੇ ਹੁਣੇ ਵਾਪਸ ਆਏ ਤੁਸੀਂ ਕਿਤੇ ਜਾਣਾ ਦੇਖਦੇ ਰਹੋ ਵਿਜ਼ਨ ਪੰਜਾਬ ਟੀਵੀ ਲਓ ਜੀ ਬ੍ਰੇਕ ਤੋਂ ਬਾਅਦ ਤੁਹਾਡੇ ਸਾਰਿਆਂ ਦਾ ਫੇਰ ਇੱਕ ਵਾਰ ਸਵਾਗਤ ਹੈ 쇼 ਚੱਲ ਰਿਹਾ ਸਟਾਰਟ ਟਾਕ ਤੇ ਅੱਜ ਮੇਰੇ ਨਾਲ ਨੇ ਦਿਓਲ ਸਾਹਿਬ ਹੁਣ ਤੁਸੀਂ ਕਹੋਗੇ ਦਿਓਲ ਸਾਹਿਬ ਕਿਉਂਕਿ ਕਿਉਂਕਿ ਪਹਿਲਾਂ ਇਹਨਾਂ ਦਾ ਨਾਮ ਦਿਓਲ ਸਾਹਿਬ ਸੀਗਾ ਹੁਣ ਮੈਨੂੰ ਇਹ ਵੀ ਦੱਸੋ ਵੀ ਦਿਓਲ ਸਾਹਿਬ ਤੋਂ ਦੁਬਾਰਾ ਨਾਮ ਚੇਂਜ ਕਿੱਦਾਂ ਹੋਇਆ ਜੇ ਜਦੋਂ ਹੁਣ ਕੀਤਾ ਬਿਛੇਰੀ ਜਦੋਂ ਸਕੂਲ ਟਾਈਮ ਕੀਤਾ ਹਨ ਤੇ ਉਦੋਂ ਉਹ ਸਾਰੀ ਟੀਮ ਕਹਿੰਦੀ ਵੀ ਉਹ ਥੋੜਾ ਲੱਗਦਾ ਵੀ ਉਹੀ ਨਾਮ ਸਹੀ ਹੈ ਉਹ ਕੈਮਰਾ ਸਲਮ ਰਾਜਦੀਪ ਹੀ ਤੇ ਦਿওল ਗੋਤਾ ਕਿ ਸਰਨੇ ਤੇ ਉਹੀ ਚੱਲਿਆ ਓਕੇ ਦਿওল ਸਾਹਿਬ ਵਾਲਾ ਸਿਸਟਮ ਇਹ ਸੀ ਕਿ ਦਿওল ਸਾਹਿਬ ਜਦੋਂ ਮਤਲਬ ਕਿਤੇ ਵੀ ਜਾਣਾ ਨਾ ਪਹਿਲਾ ਨਾਮ ਜਦੋਂ ਰਾਜਦੀਪ ਕਰੀ ਸੀ ਉਦੋਂ ਰਾਜਦੀਪ ਹੀ ਨਾਮ ਸੀ ਕਰਨਾ ਤੇ ਉਦੋਂ ਕਿਤੇ ਵੀ ਜਾਣਾ ਹਰੇਕ ਨੇ ਮਤਲਬ ਉਹ ਦਿওল ਸਾਹਿਬ ਕਹੇਗੀ ਬੁਲਾਉਣਾ ਮਤਲਬ ਹਨਾ ਵੀ ਰਾਜਦੀਪ ਨਾਮ ਵੀ ਘਟ ਲੈਣਾ ਕਿਸੇ ਨੇ ਨਾ ਤੇ ਉਹ ਜਦੋਂ ਸਲਫਾਸ ਗਾਣਾ ਕੀਤਾ ਉਦੋਂ ਮਤਲਬ ਹੋਈ ਇਹ ਦੀ ਗੱਲ ਕਹਿੰਦੇ ਯਾਰ ਆਪਾਂ ਨਾਮ ਹੀ ਦਿ올 ਸਾਹਿਬ ਰੱਖ ਦਿੰਦੇ ਆ ਵੀ ਤੈਨੂੰ ਵੈਸੇ ਵੀ ਦਿ올 ਸਾਹਿਬ ਹੀ ਕਹਿ ਦਿੰਦੇ ਸਾਰੇ ਯਾਰ ਤੇ ਉਸ ਕਰਕੇ ਦਿ올 ਸਾਹਿਬ ਉਹ ਹਾਂ ਇਹ ਉਹ ਦੋ ਚੇਂਜ ਕਰਤਾ ਸੀ ਉਹ ਅੱਛਾ ਸਲਫਾਸ ਦੀ ਜਿਵੇਂ ਤੁਸੀਂ ਗਾਣੇ ਦੀ ਗੱਲ ਕੀਤੀ ਹੈ ਨਾ ਸਲਫਾਸ ਗਾਣਾ ਆਇਆ ਸੀ ਉਹ ਬਹੁਤ ਪਸੰਦ ਕੀਤਾ ਗਿਆ ਉਹ ਜੋ ਕਿਸਾਨਾਂ ਤੇ ਚੱਲ ਰਿਹਾ ਆਪਣੇ ਕਿਸਾਨਾਂ ਨਾਲ ਜੋ ਹੁੰਦਾ ਉਹ ਅਸਲ ਚੀਜ਼ਾਂ ਸੀ ਉਸ ਦੇ ਵਿੱਚ ਉਹ ਕਿਵੇਂ ਬਣਿਆ ਉਹਦਾ ਸਬਬ ਤੇ ਉਹ ਗਾਣਾ ਵੀ ਜ਼ਰੂਰ ਸੁਣਾਓ ਦਰਸ਼ਕਾਂ ਨੂੰ ਇੱਕ ਵਾਰ ਮੇਰੇ ਸਾਹਬ ਨਾਲ ਉਹ ਹਰ ਇੱਕ ਕਿਸਾਨ ਦੀ ਮਤਲਬ ਉਹ ਘਟ ਹੋਣਗੇ ਮਤਲਬ ਵੀ ਜਿਹੜੇ ਜਿਨ੍ਹਾਂ ਦਾ ਸਰਦਾ ਵਧੀਆ ਹੈ ਨਾ ਜੋ ਵਧੀਆ ਲਾਈਫ ਜੀ ਰਹਿਣ ਜਿਹੜੇ ਕਿਸਾਨ ਮੋਸਟਲੀ ਇਦਾਂ ਦੇ ਮਤਲਬ ਵੀ ਉਹ ਕਈ ਘਰਾਂ ਦੀ ਕਹਾਣੀ ਆ ਮਤਲਬ ਉਹ ਹੈ ਨਾ ਤੇ ਆਪਾਂ ਦੇਖਦੇ ਵੀ ਆ ਨਿਊਜ਼ ਚੈਨਲਾਂ ਤੇ ਦੇਖਦੇ ਆ ਵੀ ਹਾਂ ਵੀ ਫਲਾਣੇ ਨੇ ਫਾਹ ਲੈ ਲਿਆ ਜਾਂ ਸਲਫਾਸ ਨਾ ਤੇ ਇਦਾਂ ਹੀ ਬੈਠੇ ਬੈਠੋ ਉਹ ਗੀਤ ਮੇਰੇ ਕੋਲ ਆਇਆ ਤੇ ਪ੍ਰਦੀਪ ਨੇ ਉਹ ਜਿਨ੍ਹਾਂ ਦਾ ਲਿਖਿਆ ਤੇ ਮੈਨੂੰ ਮਤਲਬ ਦਿਲ ਨੂੰ ਡੰਬਿਆ ਨਾ ਵੀ ਕਿਤਨੇ ਕਿਤੇ ਵੀ ਇਹ ਕਰਨਾ ਚਾਹੀਦਾ ਵੀ ਉਹ ਸਿਰਫ ਇੱਕ ਇਹ ਸੀ ਵੀ ਕੋਈ ਇਹ ਨਹੀਂਗਾ ਵੀ ਇਹ ਮਤਲਬ ਕੋਈ ਕਮਾਈ ਵਾਲਾ ਗੀਤਾ ਜੀ ਆ ਕਿਸੇ ਇਦਾਂ ਇਦਾਂ ਨਹੀਂ ਸੀ ਸੋਚਿਆ ਤੇ ਉਹ ਬਸ ਦਿਲ ਨੂੰ ਬਹੁਤ ਲੱਗੇ ਤੇ ਟੀਮ ਨੂੰ ਬਹੁਤ ਵਧੀਆ ਪਸੰਦ ਆਇਆ ਸਾਰਿਆਂ ਨੂੰ ਨਾ ਤੇ ਉਦੋਂ ਫਿਰ ਕੀਤਾ ਸੀ ਗੀਤੇ ਉਹ ਜਵੇ ਇੱਕ ਵਾਰ ਗਾਣਾ ਜ਼ਰੂਰ ਮੈਂ ਚਾਹਾਂਗਾ ਦਰਸ਼ਕਾਂ ਨੂੰ ਸੁਣਾਵਾਂ ਇੱਕ ਬਿਲਕੁਲ ਜੀ 베ਚ ਕੇ ਫੋੜ ਮੁਕੀ ਨਾ ਥੋੜ੍ਹ 베ਚ ਕੇ ਫੋੜ ਮੁਕੀ ਨਾ ਥੋੜ੍ਹ ਵੱਧ ਗਈਆਂ ਲੋੜਾਂ ਵਦ ਗਈਆਂ ਲੋੜਾਂ ਤੇ ਉਤੋਂ ਬਿਆਜ ਦਾ ਹੋਇਆ ਉਦਾਸ ਪੀ ਗਿਆ ਇੱਕ ਦਿਨ ਕੋਕਦੇ ਵਿੱਚ ਮਿਲਾ ਕੇ ਜੱਟ ਸਲਫਾਸ ਪੀ ਗਿਆ ਹਾ ਇੱਕ ਦਿਨ ਕੋਕਦੇ ਵਿੱਚ ਮਿਲਾ ਕੇ ਉਹ ਤਿੰਨ ਪਹਿਣਾ ਦੀ ਛੋਟੀ ਉਮਰ ਬਾਪੂ ਛੱਡ ਗਿਆ ਜਿਵੇਂ ਵਾਰੀ ਉਦੋਂ ਬਈਆਂ ਬੇਚਕੇ ਕਿਲਾ ਪਰ ਅਜੇ ਵੀ ਇੱਕ ਕੁਆਰੀ ਤਰੀ ਸੀ ਗਣੇ ਪੈਲੀ ਜੜੀ ਟੁੱਟਿਆ ਹੁਣ ਵਿਸ਼ਵਾਸ ਪੀ ਗਿਆ ਇੱਕ ਦਿਨ ਕੋਕਦੇ ਵਿੱਚ ਮਿਲਾ ਕੇ ਜੱਟ ਸਲਫਾਸ ਪੀ ਗਿਆ हां एक दिन कोक दे ਵਿੱਚ ਮਿਲਾ ਕੇ ਕੀ ਬਾਤ ਹੈ ਮੈਨੂੰ ਲੱਗਦਾ ਵੀ ਜ਼ਰੂਰੀ ਵੀ ਇਹ ਜਿਹੇ ਗਾਣੇ ਰਿਲੀਜ਼ ਕਰਨੇ ਹਨ ਤਾਂ ਕਿ ਪਤਾ ਚੱਲੇ ਆਪਾਂ ਇੱਕੋ ਇੱਕ ਸਾਈਡ ਹੀ ਦਿਖਾਉਂ ਜਿਆਦਾਤਰ ਗਾਣਿਆਂ ਚ ਇੱਕੋ ਸਾਈਡ ਜ਼ਿਆਦਾ ਦਿਖਾਈ ਜਾਂਦੀ ਹੈ ਵੀ ਮਾਰਤਾੜ ਵਾਲੇ ਜੱਟ ਇਹ ਕਰਦਾ ਜਾਂ ਟੋਹ ਕਰਦਾ ਪਰ ਜੋ ਅਸਲੀਅਤ ਹੈ ਉਹ ਜ਼ਿਆਦਾ ਲੋਕ ਨਹੀਂ ਦੱਸਦੇ ਹੈ ਬਿਲਕੁਲ ਨਹੀਂ ਹਰ ਇੱਕ ਨੂੰ ਮੇਰੇ ਸਾਹਬ ਨਾਲ ਹਰ ਇੱਕ ਸਿੰਗਰ ਨੂੰ ਆਪਣਾ ਫਰਜ਼ ਸਮਝਣਾ ਚਾਹੀਦਾ ਕੁਝ ਇਦਾਂ ਦੇ ਜਿਹੜੇ ਇਸ਼ੂਜ਼ ਹੈਗੇ ਨੇ ਨਾ ਹੈ ਨਾ ਤੇ ਉਹਨਾਂ ਤੇ ਕੁਛ ਨਾ ਕੁਛ ਆਪਣਾ ਯੋਗਦਾਨ ਹੀ ਇੱਕ ਤਰ੍ਹਾਂ ਦਾ ਮੈਂ ਤਾਂ ਇਹ ਕਹਿ ਰਿਹਾ ਤੇ ਉਹ ਦੇਣਾ ਚਾਹੀਦਾ ਯੋਗਦਾਨ ਆਪਣਾ ਅੱਛਾ ਜਦ ਸਿੰਗਰਾਂ ਨਾਲ ਗੱਲ ਕਰਨਾ ਤਾਂ ਸਿੰਗਰਾਂ ਦਾ ਹਮੇਸ਼ਾ ਇਹ ਹੁੰਦਾ ਕਿ ਅਸੀਂ ਐਡੇ ਗਾਣੇ ਤਾਂ ਗਾਉਣੇ ਆ ਕਿਉਂਕਿ ਆਡੀਅנס ਇਹ ਸੁੰਣਾ ਪਸੰਦ ਕਰਦੀ ਆ ਤਾਂ ਇਸ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਨਹੀਂ ਜ਼ਰੂਰੀ ਨਹੀਂ ਗਾ ਆਡੀਅנס ਹੁਣ ਇਸulfas ਗਾਣੇ ਨੂੰ ਬਹੁਤ ਪਿਆਰ ਮਿਲਿਆ ਹਨ ਤੇ ਹਰ ਇੱਕ ਤਰ੍ਹਾਂ ਦਾ ਸੁਣਦੇ ਨੇ ਇਹ ਨਹੀਂ ਕਿ ਤੁਹਾਨੂੰ ਸੁਣਾਉਣਾ ਆਉਣਾ ਚਾਹੀਦਾ ਜਾ ਹਨ ਤੇ वैसे भी मैं मानदा के फर्ज है अपना कुछ ना कुछ इदा जेड़े स्टेबलिश् ਨੇ ਉਹਨਾਂ ਨੂੰ ਤਾਂ ਜ਼ਿਆਦਾ ਸਮਝਦ ਕਰਨਾ ਚਾਹੀਦਾ ਉਹ ਕਮਾਈ ਵਾਲੇ ਕੀਤੇ ਹੋਰ ਬਥੇਰੇ ਕਰੀ ਜਾਂਦੇ ਨੇ ਹਨ ਤੇ ਕੁਛ ਇਦਾਂ ਦਾ ਵੀ ਕਰਨਾ ਚਾਹੀਦਾ ਆਪਣਾ ਜੋਗਦਾਂ ਦੇਂਦੇ ਰਹਿਣਾ ਚਾਹੀਦਾ ਹਨ ਤੇ ਭਾਈ ਕਿਸਾਨੀ ਅੰਦੋਲਨ ਜਿਹੜਾ ਚੱਲਿਆ ਹੈ ਨਾ ਉਦੋਂ ਫਿਰ ਸੋਚਿਆ ਉਦੋਂ ਵੀ ਬਹੁਤ ਸਿੰਗਰਾਂ ਨੇ ਗਾਣੇ ਕੱਢੇ ਉਦੋਂ ਚੱਲ ਵੀ ਮਤਲਬ ਉਦੋਂ ਉਹਨਾਂ ਦੇ ਚੱਲ ਗਏ ਉਹ ਗਾਣੇ ਤੇ ਉਸ ਤੋਂ ਬਾਅਦ ਜਦੋਂ ਮੁੱਕਿਆ ਫਿਰ ਦੁਬਾਰਾ ਉਸੇ ਟਰੈਕ ਤੇ ਆ ਗਏ ਉਦੋਂ ਤਾਂ ਇਹੀ ਹੈ ਕਿ ਲੋਕ ਗਾਣੇ ਸੁਣਦੇ ਆ ਜੇ ਤੁਸੀਂ ਕੱਢੋ ਨੇ ਸੁਣਦੇ ਜ਼ਰੂਰ ਆਓ ਕਈ ਵਾਰੀ ਇਹ ਹੁੰਦਾ ਵੀ ਇਦਾਂ ਦਾ ਮਾਹੌਲ ਆ ਤਾਂ ਉਦੋਂ ਕਿਉਂਕਿ ਉਦੋਂ ਇੱਕ ਗੱਲ ਬਹੁਤ ਵਧੀਆ ਹੋਈ ਤੇ ਲੋਕ ਨੇ ਦੂਸਰੇ ਗਾਣੇ ਸੁਣਨੇ ਹੀ ਬੰਦ ਕਰਤੇ ਬਿਲਕੁਲ ਹੀ ਹੈਨਾ ਤੇ ਉਹ ਫਿਰ ਸਿੰਗਰ ਕਈ ਉਹਦਾ ਲਾਹਾ ਵੀ ਲੈ ਕੇ ਵਿੱਚ ਦੀ ਇਹਨਾਂ ਤੇ ਕਈਆਂ ਨੇ ਕੀਤਾਗੀ ਤਾਂ ਵਧੀਆ ਚਲੋ ਉਹ ਵੀ ਇੱਕ ਤਰ੍ਹਾਂ ਦਾ ਯੋਗਦਾਨ ਹੀ ਸੀ ਸਿੰਗਰਾਂ ਦਾ ਜੇ ਦੇਖਿਆ ਜਾਵੇ ਤਾਂ ਵਧੀਆ ਗੱਲ ਹੈ ਤੁਸੀਂ ਕਿੰਨੀ ਵਾਰ ਗਏ ਸੀ ਉੱਥੇ ਅੰਦੋਲਨ ਦੇ ਹਾਂ ਮੈਂ ਦੋ ਦੋ ਕਵਾਰ ਜਾ ਕੇ ਆਇਆ ਦੋ ਵਾਰੀ ਕਿਵੇਂ ਕਿਵੇਂ ਦਾ ਲੱਗਿਆ ਅੰਦੋਲਨ ਨਹੀਂ ਬਹੁਤ ਵਧੀਆ ਸੀ ਮੇਰੇ ਸਾਹਬ ਨਾਲ ਅਸੀਂ ਉਹਦਾ ਹਿੱਸਾ ਬਣੇ ਆ ਤੇ ਉਧਿਆ ਤੇ ਵੱਡੀ ਗੱਲ ਆਪਣੀ ਜਿੱਤ ਵੀ ਹੋਈ ਆ ਉਸ ਨੇ ਇਹ ਵੱਡੀ ਗੱਲ ਸਭ ਤੋਂ ਬਿਲਕੁਲ ਅੱਛਾ ਭਾਜੀ ਜਿਵੇਂ ਮੈਂ ਗੱਲ ਕਰ ਰਿਹਾ ਸੀ ਹਨਾ ਪਹਿਲਾਂ ਕੰਟਰੋਵਰਸੀਆਂ ਦੀ ਕਿਉਂਕਿ ਕਈ ਨਾ ਲੋਕ ਨਾਲ ਐਦਾਂ ਸਲਾਹ ਸਲਾਹ ਦੇਣ ਵਾਲੇ ਬਹੁਤ ਹੁੰਦੇ ਆ ਕਿ ਯਾਰ ਤੂੰ ਵੀ ਕੋਈ ਕੰਟਰੋਵਰਸੀ ਕਰ ਲੈ ਵੀ ਤੂੰ ਵੀ ਕਿਸੇ ਸਿੰਗਰ ਬਾਰੇ ਬੋਲ ਦੇ ਜਿਵੇਂ ਕਿ ਪਿੱਛੇ ਜੇ ਬਹੁਤ ਸਿੰਗਰਾਂ ਨੇ ਕੀਤਾ ਹਨਾ ਵੀ ਸਿੱਧੂ ਮੂਸੇ ਵਾਲਾ ਇਹਨੂੰ ਲੈ ਕੇ ਕਾਫੀ ਬੋਲੇ ਕਾਫੀ ਸਿੰਗਰਾਂ ਨੇ ਉਹਦੇ ਬਾਰੇ ਬੋਲਿਆ ਗਾਣਿਆਂ 'ਚ ਤਾਂ ਉਹ ਚੀਜ਼ ਤੁਹਾਨੂੰ ਉਦਾਂ ਦੀ ਸਲਾਹ ਹੀ ਕਿਸੇ ਨੇ ਐਦਾਂ ਦਾ ਕਿਹਾ ਕੁਝ ਨਹੀਂ ਮੇਰੇ ਸਾਹਮਣੇ ਆਲੇ ਹੋਣਾ ਵੀ ਨਹੀਂ ਚਾਹੀਦਾ ਜਦੋਂ ਤੁਹਾਡਾ ਕੰਮ ਬੋਲਦਾ ਤਾਂ ਤੁਹਾਨੂੰ ਇਦਾਂ ਦੇ ਕੰਮ ਕਰਨੇ ਹੀ ਨਹੀਂ ਚਾਹੀਦੇ ਫਿਰ ਕੰਟਰੋਵਰਸੀਆਂ ਦੇ ਵਿੱਚ ਨਹੀਂ ਪੈਣਾ ਚਾਹੀਦਾ ਜੇ ਤੁਹਾਡੇ ਕੋਲ ਤੁਹਾਡਾ ਕੰਮ ਵਧੀਆ ਹੈ ਨਾ ਤੇ ਮਤਲਬ ਇਹੀ ਹੈ ਕਿ ਨਹੀਂ ਕਰਨਾ ਚਾਹੀਦਾ ਜਿੰਨੇ ਕਚਿਰ ਚੱਲ ਰਿਹਾ ਆਪਣਾ ਬਿਲਕੁਲ ਅੱਛਾ ਲਿਖਣ ਦਾ ਵੀ ਸ਼ੌਂਕ ਰੱਖਦੇ ਹੋ ਤੁਸੀਂ ਨਹੀਂ ਜੀ ਬਿਲਕੁਲ ਆ ਜਿਹੜੀ ਸਲਾਹ ਜ਼ਰੂਰ ਦੇਈ ਦਿਆ ਵੀ ਥੋ ਜੇ ਕੋਈ ਚੇਂਜ ਕਰਨਾ ਕੁਝ ਵੀ ਤੇ ਜੋ ਵੀ ਟੀਮ ਹੈਗੀ ਰਾਈਟਰ ਜਿੱਦਾਂ ਵੀ ਹਨਾ ਗੀਤ ਕਰਦੇ ਹੂੰ ਉਹਨਾਂ ਨਾਲ ਜਰੂਰ ਡਿਸਕਸ ਜਰੂਰ ਕਰੀਂ ਦਿਆ ਵੀ ਇਹ ਜੋ ਕੁਝ ਚੇਂਜ ਕਰਨ ਵਾਲਾ ਲੱਗਦਾ ਤਾਂ ਜਰੂਰ ਚੇਂਜ ਕਰਵਾ ਲਈ ਦੇ ਤਾਂ ਉਹ ਮਤਲਬ ਉਹਦਾ ਚੇਂਜ ਕਰਾ ਲੈਨੇ ਆਪ ਲਿਖਣ ਹਾਂ ਬਿਲਕੁਲ ਹਾਂ ਦੱਸ ਦਿੰਨੇ ਆ ਥੋੜਾ ਬਾਅਦ ਜੋ ਕੁਝ ਲੱਗਦਾ ਹੁੰਦਾ ਵੀ ਇਦਾਂ ਦਾ ਸ਼ਬਦ ਵਰਤ ਸਕਦੇ ਆ ਕੁਛ ਨੇ ਤੇ ਪਰ ਐਕਟਿੰਗ ਦਾ ਕਿੰਨਾ ਖੌਂਕ ਹੈ ਤੁਹਾਨੂੰ ਕਿਉਂਕਿ ਅੱਜ ਕੱਲ੍ਹ ਨੇ ਜ਼ਿਆਦਾ ਸਿੰਗਰ ਜ਼ਿਆਦਾ ਐਕਟਿੰਗ ਵੱਲ ਹੋਏ ਵੀ ਅੱਜ ਕੱਲ੍ਹ ਐਕਟਰ ਤਾਂ ਚਲੋ ਘੱਟ ਹੀ ਰਹਿ ਗਏ ਮੇਨਲੀ ਸਿੰਗਰ ਹੀ ਐਕਟਰ ਬਣ ਰਹੇ ਨੇ ਤਾਂ ਥੋੜਾ ਵੀ ਹੈ ਕੋਈ ਅੱਗੇ ਜਾ ਕੇ ਵੀ ਐਕਟਰ ਬਣਾ ਮੈਂ ਨਰਮਾ ਖਲਮਕਰ ਕੁ ਦਿਨ ਸੋਚਿਆ ਨਹੀਂ ਗਿਆ ਇਸ ਤਰ੍ਹਾਂ ਦਾ ਜੀ ਬਾਕੀ ਪਤਾ ਨਹੀਂ ਪ੍ਰਮਾਤਮਾ ਨੇ ਕਿੱਧਰ ਨੂੰ ਲੈ ਕੇ ਜਾਣਾ ਤਾਂ ਬਣਿਆ ਕੁਝ ਤਾਂ ਜ਼ਰੂਰ ਦੇਖਾਂਗੇ ਕਿਤੇ ਜੇ ਕੁਝ ਵਧੀਆ ਹੋਇਆ ਬਿਲਕੁਲ ਅੱਛਾ ਗੁਲਾਮ ਗਾਣਾ ਵੀ ਆਇਆ ਸੀਗਾ ਉਹਨੂੰ ਵੀ ਬਹੁਤ ਜ਼ਿਆਦਾ ਪਿਆਰ ਮਿਲਿਆ ਗੁਲਾਮ ਗਾਣੇ ਨੂੰ ਵੀ ਹੈ ਨਾ ਮਤਲਬ ਮੈਨੂੰ ਨਹੀਂ ਲੱਗਦਾ ਵੀ ਹਾਲ ਤੱਕ ਤੁਹਾਡਾ ਕੋਈ ਗਾਣਾ ਆਇਆ ਜਾਇਆ ਵੀ ਜਿਹਨੂੰ ਨਾ ਪਿਆਰ ਮਿਲਿਆ ਹੋਵੇ ਬਿਲਕੁਲ ਜੀ ਹਾਂ ਯਾਨੀ ਇਹ ਮੈਂ ਇਹੀ ਸੋਚਿਆ ਚਲੋ ਸਰੋਤਿਆਂ ਦਾ ਪਿਆਰ ਤੇ ਕੁਝ ਅਲੱਗ-ਅਲੱਗ ਕੁਝ ਹਰ ਇੱਕ ਜੋਨਰ ਦਾ ਗੀਤ ਕਰਨ ਦੀ ਕੋਸ਼ਿਸ਼ ਕਰਦੇ ਆਂ ਵੀ ਕੁਝ ਹਰ ਇੱਕ ਤਰ੍ਹਾਂ ਦਾ ਕਰ ਸਕੀਏ ਤੇ ਗੁਲਾਮ ਵੀ ਕੁਝ ਅਲੱਗ ਸੀ ਉਹ ਸੁਖਵਿੰਦਰ ਵੀਰ ਦੇ ਬੱਗਾ ਭਾਈ ਕਾਲੇਆੜ ਤੋਂ ਤੇ ਉਹਨਾਂ ਦਾ ਲਿਖਿਆ ਸੀ ਉਹ ਕੀਤਾ ਸੀ ਹੋ ਜਵੇ ਉਹ ਇੱਕ ਵਾਰ ਆਹ ਜ਼ਰੂਰੀ ਹੂ ਹਮ ਮੰਨੇ ਆ ਕੇ ਹੁਸਨ ਕਰਾਵੇ ਅਤਨੀ ਐਨੀਆਂ ਡਿਮਾਂਡਾਂ ਵੀ ਨਾ ਹੁਣ ਰੱਖਨੀ ਓ ਮੰਨੇ ਆ ਕੇ ਹੁਸਨ ਕਰਾਵੇ ਅਤਨੀ ਇੰਨੀ ਆਂ ਡਿਮਾਂਡਾਂ ਵੀ ਨਾ ਹੁਣ ਰੱਖਨੀ ਐ ਐਡੀ ਵੀ ਤੂੰ ਕਿਹੜੀ ਅੰਬਰਾਂ ਦੀ ਹੂਰਨੀ ਅੱਕੇ ਹੁਸਨ ਤੇਰੇ ਦਾ ਮਹਿੰਗਾ ਧਾਮ ਹੋ ਗਿਆ ਓ ਇੰਨੀ ਵੀ ਨ ਬੋਤੀ ਹੁਣ ਚੜ ਸਿਰ ਤੇ ਓ ਜੱਟ ਕਿਹੜਾ ਤੇਰਾ ਨਹੀਂ ਗੁਲਾਮ ਹੋ ਗਿਆ ਇੰਨੀ ਵੀ ਨ ਬੋਤੀ ਹੁਣ ਚੜ ਸਿਰ ਤੇ ਜੱਟ ਕਿਹੜਾ ਤੇਰਾ ਨਹੀਂ ਗੁਲਾਮ ਹੋ ਗਿਆ ਕੀ ਬਾਤ ਹੈ ਭਜੀ ਅੱਛਾ ਇੱਕ ਨਾ ਮੈਨੂੰ ਇਸ ਗਾਣੇ ਤੇ ਯਾਦ ਆ ਇੱਕ ਗਾਣਾ ਬਹੁਤ ਚੱਲਿਆ ਸੀ ਲਾਕਡਾਊਨ ਨੂੰ ਬੜੇ ਚੇਤੇ ਆਉਂਦੇ ਨੇ ਹਨਾ ਜੱਟਾਂ ਨੂੰ ਬਿਲਕੁਲ ਉਹ ਉਹ ਤੁਸੀਂ ਗਾਇਆ ਸੀਗਾ ਉਹਦਾ ਸਬਬ ਕਿਵੇਂ ਬਣਿਆ ਉਹ ਸਬਬ ਸੀ ਮੈਂ ਪਹਿਲਾਂ ਜਿਹੜੀ ਟੀਮ ਨਾਲ ਕੰਮ ਕਰਦਾ ਸੀ ਆਪਣੇ ਹੈਪੀ ਮਨੀਲਾ ਜੀ ਤੇ ਉਹਨਾਂ ਨਾਲ ਟੇਪ ਕੀਤੀ ਸੀ ਮੈਂ ਰੂਲ ਬ੍ਰੇਕਰ ਤੇ ਉਹਨਾਂ ਨੇ ਸਾਰੀ ਟੇਪ ਮੇਰੀ ਕੀਤੀ ਸੀ ਤੇ ਉਹ ਤੇ ਉਹ ਸੀ ਸਟੂਡੀਓ ਬੈਠੇ ਸੀ ਤੇਜਵੰਤ ਕਿੱਟੂ ਭਾਈ ਦੇ ਤੇ ਉਹ ਬੈਠੇ ਬੈਠੇ ਉਹ ਕਹਿੰਦੇ ਜਿਹੜਾ ਸਿੰਗਰ ਜਿਹਨੇ ਗਾਉਣਾ ਸੀ ਅਸਲੀ ਉਹ ਲੇਟ ਸੀ ਤੇ ਕਹਿੰਦੇ ਯਾਰ ਤੂੰ ਹੀ ਗਾ ਦੇ ਕੋਈ ਗੱਲ ਨਹੀਂ ਨਾ ਤੇ ਉਹ ਬਸ ਮੈਂ ਬੈਠੇ ਅਠੋਦਾ ਹੀ ਗਾਇਆ ਤੇ ਉਹਨੂੰ ਇੰਨਾ ਜ਼ਿਆਦਾ ਪਿਆਰ ਬਖਸ਼ਿਆ ਮਤਲਬ ਕਿ ਬਹੁਤ ਜ਼ਿਆਦਾ ਤੇ ਹੁਣ ਤੱਕ ਮੈਂ ਉਹਨੂੰ ਸੁਣ ਰਿਹਾ ਕਿਉਂਕਿ ਗੀਤ ਨੂੰ ਘੱਟੋ ਘਾਟ 8-9 ਸਾਲ ਹੋ ਗਏ ਗੀਤ ਨੂੰ ਕੀਤੇ ਨੂੰ ਨਾ ਤੇ ਹੁਣ ਤੱਕ ਉਹਨੂੰ ਓਦਾਂ ਹੀ ਪਿਆਰ ਮਿਲਿਆ ਆ ਰਿਹਾ ਬਹੁਤ ਵਧੀਆ ਯਾਰ ਅਨਮੋਲੇ ਦਾ ਦੂਜਾ ਪਾਟ ਉਹਦੋਂ ਬਹੁਤ ਚੱਲਿਆ ਸੀ ਸ਼ੈਰੀਮਾਨ ਭਾਈ ਦਾ ਗੀਤ ਉਹ ਯਾਰ ਅਨਮੋਲੇ ਹੀ ਉਹਦੀ ਕੰਪੋਜੀਸ਼ਨ ਤੇ ਕੀਤਾ ਸੀ ਉਸੇ ਤਾਂ ਸ਼ੈਰੀਮਾਨ ਭਾਈ ਦਾ ਬਾਅਦ ਚ ਕਾਲ ਨਹੀਂ ਆਇਆ ਤੁਹਾਨੂੰ ਜੀ ਸਾਨੂੰ ਹਨੀ ਸਿੰਘ ਭਾਈ ਨਾਲ ਰਹੀ ਸੀ ਉਹਨਾਂ ਨੇ ਇੱਕ ਉਹਦੋਂ ਦਾ ਵੀ ਗੀਤ ਕੀਤਾ ਸੀ ਨਾ ਉਹ ਦੋ ਗੀਤ ਸੀ ਤੇ ਉਹਨਾਂ ਨੇ ਕੀਤਾ ਸੀ ਦੋ ਫੋਨ ਕੀਤਾ ਸੀ ਉਹ ਕੀ ਕਹਿੰਦੇ ਵੀ ਕੀ ਗੱਲ ਹੋਈ ਸੀ ਉਹ ਉਹ ਵੀ ਇਦਾਂ ਸਰਦਾਰੀ ਦੇ ਗੀਤ ਸੀ ਉਮਰੇ ਹੁਣ ਬਰਨਿੰਗ ਤਾਂ ਨਹੀਂ ਯਾਦ ਉਹ ਅਲਫਾਜ਼ ਭਾਈ ਦਾ ਗੀਤ ਚੱਲਿਆ ਸੀ ਯਾਰ ਬਥੇਰੇ ਸੀ ਹਾਂ ਜੱਟਾਂ ਨੂੰ ਪਈ ਨਹੀਂ ਲੱਭਣੇ ਸਾਨੂੰ ਸਰਦਾਰ ਬਥੇਰੇ ਹਾਂ ਹਾਂ ਉਹ ਗੀਤ ਸੀ ਤੇ ਉਹਨੂੰ ਵੀ ਇਦਾਂ ਹੀ ਬਹੁਤ ਪਿਆਰ ਵਾਛਾ ਹੋਗੀ ਤੂੰ ਵੀ ਉਹ ਵੀ ਮੇਰਾ ਗਾਇਆ ਸੀ ਅੱਛਾ ਹਾਂ ਤੇ ਫੇਰ ਕੀ ਕਿਆ ਹਨੇ ਸਿੰਘ ਭਾਈ ਨੇ ਕੀ ਗੱਲ ਹੋਈ ਉਹ ਨਹੀਂ ਉਹਨੇ ਇਦਾਂ ਹੀ ਐਪਰੀਸ਼ੀਏਟ ਹੀ ਕੀਤਾ ਕਿ ਬਹੁਤ ਵਧੀਆ ਤੇ ਗਾਣਾ ਹੋ ਜਾ ਉਹਨਾਂ ਦੋਹਾਂ ਚੋਂ ਇੱਕ ਗਾਣਾ ਕਿਹੜਾ ਸੁਣਾਉਣਾ ਚਾਹੁੰਦੇ ਹਾਂ ਮੈਂ ਯਾਰ ਹੁਣ ਮੁੰਲੇ ਲਾ ਉਥੋਂ ਸੁਣਾਉਣਾ ਨਾ ਉਹ ਬੜੇ ਚੇਤੇ ਆਉਂਦੇ ਨੇ ਜੱਟਾਂ ਨੂੰ ਪਈਏ ਮੋਢੇ ਤੇ ਕਹੀਏ ਬੜੇ ਚਿੱਤੇ ਆਉਂਦੇ ਨੇ ਜੱਟਾਂ ਨੂੰ ਪਈਏ ਮੋਢੇ ਤੇ ਕਈਏ ਮੋੜਦੇ ਨੱਕੇ ਸੀ ਵੱਢਦੇ ਪੱਠੇ ਚੱਕੀ ਜਾਣ ਫਟੇ ਜੂਪੀ ਨੂੰ ਨੱਠੇ ਪਈਏ ਹੀ ਚੱਕਦੇ ਸੀ ਮੱਜਾਂ ਦਾ ਗੋਹਾ ਸਰੀਰ ਸੀ ਲੋਹਾ ਬਈ ਡੰਗਰ ਬੱਛੇ ਇਹਨਾ ਸੀ ਰਖੇ ਸਾੰਬਦੇ ਫਸਲਾਂ ਨਾਲ ਸੀ ਇਕਲਾ ਬੜੇ ਚੇਤੇ ਆਉਂਦੇ ਨੇ ਜੱਟਾਂ ਨੂੰ ਪਈਏ ਮੋਢੇ ਤੇ ਕਹੀਏ ਕੀ ਬਤਾ ਅੱਛਾ ਜਦੋਂ ਹੁਣ ਅੱਜ ਕੱਲ ਰੀਲਾਂ ਜਦੋਂ ਵਾਇਰਲ ਹੁੰਦੀ ਆ ਲਾਕਡਾਊਨ ਚ ਖਾਸ ਕਰ ਜਦੋਂ ਸਾਰੇ ਚਲੇ ਗਏ ਸੀ ਉਦੋਂ ਬਹੁਤ ਹੀ ਗਾਣਾ ਚੱਲਿਆ ਸੀ ਰੀਲਾਂ ਦਾ ਜੇ ਫਿਰ ਤੁਹਾਨੂੰ ਕੋਈ ਭੇਜਦਾ ਸੀ ਉਦੋਂ ਕਿੱਦਾਂ ਦਾ ਲੱਗਦਾ ਸੀ ਨਹੀਂ ਉਹ ਅਸਲ ਚ ਇਹ ਗੀਤ ਚ ਮੇਰਾ ਨਾਮ ਨਹੀਂ ਸੀ ਗੀਤ ਚ ਅੱਛਾ ਨਾਮ ਨਹੀਂ ਪਿਆ ਤੇ ਉਹ ਮੈਂ ਵੈਸੇ ਹੀ ਗਾਇਆ ਤੇ ਪਟੂ ਬਾਜੀ ਉਹਨਾਂ ਨੇ ਹੈਗਾ ਸੀ ਉਹਨਾਂ ਦੀ ਟੇਪ ਸੀ ਮਾਈ ਨੇਮ ਇਜ਼ ਕਾਕਿਸ਼ਾ ਤੇ ਉਹਦੇ ਵਿੱਚ ਹੀ ਕੀਤਾ ਸੀ ਗੀਤ ਇਹ ਤੇ ਉਹ ਕਈ ਵਾਰੀ ਪਤਾ ਨਹੀਂ ਹੁੰਦਾ ਕਿ ਕਿਹੜੀ ਚੀਜ਼ ਨੇ ਵਾਇਰਲ ਹੋ ਜਾਣਾ ਨਾ ਚੱਲੇ ਜਾਣਾ ਨਾ ਤੇ ਉਹ ਬਸ ਇਹਦੀ ਚਾਹ کافی ਪਸੰਦ ਕੀਤੀ ਚੱਲ ਗਈ ਹੋਗੀ ਅੱਛਾ ਭਾਜੀ ਅੱਗੇ ਕਿਹੜੇ ਕਹੇ ਜੇ ਕਹੇ ਜੇ ਪ੍ਰੋਜੈਕਟ ਆ ਰਹੇ ਆ ਅੱਗੇ ਹਾਂ ਹੈ ਤਾਂ ਇਹਨਾਂ ਦੇ ਨੇਟ ਦੇ ਜਿੱਦਾਂ ਦੇ ਸਾਇ ਇਹਨਾਂ ਦੇ ਨੇਟ ਦੇ ਕੁਛ ਨਾ ਕੁਛ ਡਿਫਰੈਂਟ ਵੀ ਕਰਦੇ ਰਹੂਗੇ ਵੈਸੇ ਤੇ ਕਾਫੀ ਆ ਰਹੇ ਤਿੰਨ ਚਾਰ ਟਰੈਕ ਹੈਗੇ ਡਿਆ ਰਹੇ ਘਟ ਇੱਕ ਨਾ ਇਹ ਵੀ ਹੁੰਦਾ ਕਿ ਬੈਕ ਟੂ ਬੈਕ ਗਾਣੇ ਸਿੱਟਨੇ ਪੈਂਦੇ ਵੀ ਇਹ ਵੀ ਸਿੰਗਰਾਂ ਦਾ ਹੁੰਦਾ ਕਿ ਜੇ ਮਤਲਬ ਸਾਲ 'ਚ ਇੱਕ ਗਾਣਾ ਨਹੀਂ ਘਟੋ ਘਟ ਸਾਲ 'ਚ 7-8 ਗਾਣੇ ਕਰਨੇ ਪੈਂਦੇ ਆ ਬਿਲਕੁਲ ਤਾਂ ਉਹ ਵੀ ਅੱਜ ਕੱਲ ਦਾ ਉਹ ਹੋ ਗਿਆ ਕਿ ਜੇ ਗਾਣੇ ਨਹੀਂ ਸਿੱਟਦੇ ਤਾਂ ਲੋਕ ਭੁੱਲ ਬਹੁਤ ਜਲਦੀ ਜਾਂਦੇ ਨਹੀਂ ਕਿਉਂਕਿ ਸੋਸ਼ਲ ਮੀਡੀਆ ਹੋ ਗਿਆ ਕਿਉਂਕਿ ਅੱਜ ਕੱਲ ਗੀਤ ਦੀ ਲੰਮੀ ਉਮਰ ਨਹੀਂ ਰਹੀ ਜ਼ਿਆਦਾ ਹੈ ਨਾ ਤੇ ਹੁਣ ਤੁਸੀਂ ਕੀਤਾ ਤੇ ਸਮਝ ਲਓ ਵੀ ਕਿਉਂਕਿ ਅੱਗੇ ਟੀਵੀ ਤੇ ਚੱਲਣਾ ਜਾਂ ਹਣਾ ਵੀ ਕਿਤਨੇ ਕਿਤੇ ਹੁਣ ਤਾਂ ਜੇ ਤੁਸੀਂ ਹੁਣ ਦਾ ਅਗਲਾ YouTube ਤੇ ਸਰਚ ਮਾਰ ਕੇ ਦੇਖਦਾ ਵੀ ਕੀ ਚੱਲ ਰਿਹਾ ਹੈ ਕਿਤਾ ਕਿਤਾ ਹੈ ਨਾ ਤੇ ਉਹਦੇ ਵੀ ਉਹ ਲੱਖਾਂ ਹੀ ਗੀਤ ਪੈ ਰਹੇ ਨੇ YouTube ਤੇ ਵੀ ਹੈ ਨਾ ਤੇ ਪਤਾ ਨਹੀਂ ਕਿੱਥੇ ਕੀ ਦਰ ਆ ਜਾਂਦਾ ਹੁਣ ਤਾਂ ਬਿਲਕੁਲ ਅੱਛਾ ਭਾਈ ਫੇਕ ਵਿਊਜ਼ ਦਾ ਬਹੁਤ ਚੱਲਦਾ ਹੈ ਨਾ ਵੀ ਫੇਕ ਵਿਊਜ਼ ਪਵਾ ਲੈਂਦੇ ਆ ਆਪਣੇ ਗਾਣਿਆਂ ਤੇ ਸਿੰਗਰ ਤੇ ਮਤਲਬ ਉਸ ਤੋਂ ਕਾਫੀ ਜ਼ਿਆਦਾ ਪਿੱਛੇ ਦੇ ਆਰਟਿਸਟ ਵੀ ਫਸੇ ਸੀਗੇ ਵੀ ਇਹ ਫੇਕ ਵਿਊਜ਼ ਕਰਾਉਂਦੇ ਹਨ ਤਾਂ ਉਹ ਫੇਕ ਵਿਊਜ਼ ਵਾਲਾ ਤੁਹਾਨੂੰ ਕਿਵੇਂ ਦਾ ਲੱਗਦਾ ਟਰੈਂਡ ਵੀ ਕੀ ਕੀ ਮਿਲਦਾ ਫੇਕ ਵਿਊ ਕਰਾ ਕੇ ਉਹ ਤਾਂ ਮੇਰੇ ਸਾਹਮਣੇ ਆਪਣੇ ਮਮੀਆਂ ਮਿੱਠੂ ਬਣਨ ਵਾਲੀ ਗੱਲ ਹੈ ਨਾ ਵੀ ਆਪਣੇ ਆਪ ਨੂੰ ਜਿੰਨਾ ਮਰਜ਼ੀ ਦਿਖਾਈ ਜਾਓ ਸ਼ਾਇਦ ਉਹਨਾਂ ਦੀ ਸੋਚ ਇਹ ਹੈ ਕਿ ਸ਼ਾਇਦ ਵੀ ਜਿੰਨਾ ਜਨਤਾ ਨੂੰ ਦਿਖਾਉਂਗੇ ਉੰਨਾ ਸਾਡਾ ਵੀ ਕਿਉਂਕਿ ਕੁਝ ਜਨਤਾ ਦੀ ਵੀ ਇਹ ਹੈਗੀ ਹੈ ਵੀ ਜਦੋਂ YouTube ਤੇ ਦੇਖਦੇ ਪਹਿਲਾਂ ਵਿਊ ਚੈੱਕ ਕਰਦੇ ਨੇ ਵੀ ਇਹਦੇ ਕਿੱਥੇ ਕਿ ਨਹੀਂ ਹੈ ਨਾ ਬਿਲਕੁਲ ਪਹਿਲੇ ਨੰਬਰ ਤੇ ਇਹ ਚੀਜ਼ ਚੈੱਕ ਕੀਤੀ ਜਾਂਦੀ ਹੈ ਉਹ ਆਪਣੀ ਜਗ੍ਹਾ ਤੇ ਸ਼ਾਇਦ ਸਹੀ ਨੇ ਅਸੀਂ ਮੈਨੂੰ ਇਹ ਹੁੰਦਾ ਵੀ ਜੋ ਕੁਝ origignal ਆ ਤੁਹਾਡੇ ਲਈ ਉਹੀ ਸਾਹਮਣੇ ਆਵੇ ਮੇਰੇ ਗੀਤਾਂ ਤੇ ਸ਼ਾਇਦ ਇੰਨੇ ਜ਼ਿਆਦਾ ਵਿਊ ਵੀ ਤੁਸੀਂ ਦੇਖੇ ਹੋਣੇ ਕੋਈ ਮਿਲੀਅਨ ਵਾਲਾ 2 ਮਿਲੀਅਨ ਵਾਲਾ ਹੱਦੀ ਇੱਥੇ ਕਿਨੇ ਪਰ ਇਹ ਵੀ ਉਹਨਾਂ ਨੂੰ ਪਸੰਦ ਕਰ ਰਹੇ ਨੇ ਸਾਰੇ ਹਨਾ ਬਿਲਕੁਲ ਉਹ ਅਸਲੀ ਹੁੰਨੇ ਜੋ ਕੁਝ ਤੁਸੀਂ ਹੈਗੇ ਉਹ ਤੁਹਾਨੂੰ ਹਾਂ ਰਿਐਲਿਟੀ ਹਾਂ ਬਿਲਕੁਲ ਅੱਛਾ ਭਾਈ ਫੈਨਸ ਫੈਨਸ ਨਾ ਆਪਸ ਵਿੱਚ ਅੱਜ ਕੱਲ ਦੇ ਫੈਨ ਦੇਖੋਗੇ ਕਿ ਆਪਸ ਹੀ ਲੜ ਪੈਂਦੇ ਆ ਸਿੰਗਰਾਂ ਦੇ ਹਾਲਕਿ ਸਿੰਗਰ ਨਹੀਂ ਆਪਸ ਵਿੱਚ ਹੁੰਦੇ ਲੜਦੇ ਚਾਹੇ ਲੜ ਵੀ ਨਾ ਰਹੇ ਪਰ ਫੈਨਸ ਬਹੁਤ ਲੜਾਈ ਕਰਦੇ ਆ ਉਹ ਚੀਜ਼ਾਂ ਦੇਖ ਕੇ ਕਹਿ ਜਾ ਲਾਦੇ ਸਿੰਗਰਾਂ ਪਿੱਛੇ ਲੜੀ ਮਰੀ ਜਾਂਦੇ ਨਹੀਂ ਉਹ ਗਲਤ ਆ ਮੇਰੇ ਹਿਸਾਬ ਨਾਲ ਹਨਾ ਸਿੰਗਰਾਂ ਪਿੱਛੇ ਇਦਾਂ ਲੜਨਾ ਤਾਂ ਨਿਕੋ ਗਾ ਸਿੰਗਰ ਦਾ ਸ਼ਾਮ ਨੂੰ ਇਕੱਠੇ ਹੋਏ ਬੈਠੇ ਹੁੰਦੇ ਨੇ ਤੁਸੀਂ ਇੱਕ ਦੂਜੇ ਨਾਲ ਲੜੀ ਜਾ ਰਹੇ ਹੋ ਫੈਂ ਫਲਾੜੇ ਸਿੰਗਰ ਦਾ ਫੈਨ ਆਉਂਦੇ ਹਨ ਤੇ ਉਹ ਗਲਤ ਹੈ ਮੇਰੇ ਸਾਹਮਣੇ ਉਹ ਨਹੀਂ ਫੇਕ ਕੰਟਰੋਵਰਸੀਆਂ ਵੀ ਹੁੰਦੀਆਂ ਤੁਹਾਨੂੰ ਕੀ ਲੱਗਦਾ ਵੀ ਜਿਹੜੇ ਇੱਕ ਦੂਜੇ ਨੂੰ ਗਾਣਿਆਂ 'ਚ ਬੋਲ ਦਿੰਦੇ ਹਾਂ ਹਾਂ ਕਈਆਂ ਨੂੰ ਹੁੰਦਾ ਪਬਲਿਸਿਟੀ ਲੈਣ ਲਈ ਬਹੁਤ ਕੁਝ ਹੁੰਦਾ ਹੈ ਜਿਖਾ ਲੈਣਾ ਹਾਂ ਕਿਉਂਕਿ ਉਹਨਾਂ ਨੇ ਆਪਣੇ ਆਪ ਨੂੰ ਇਹੀ ਸਮਝ ਲਿਆ ਸਿੰਗਰਾਂ ਨੇ ਕਈਆਂ ਨੇ ਵੀ ਅਸੀਂ ਇਸ ਤਰੀਕੇ ਨਾਲ ਹੀ ਸ਼ਾਇਦ ਅੱਗੇ ਰਾਵਾਂਗੇ ਮਾਰਕੀਟ 'ਚ ਵੀ ਮਾਰਕੀਟ 'ਚ ਬਣੇ ਰਹਾਂਗੇ ਨਾ ਮੈਂ ਗੀਤ ਵੀ ਨਹੀਂ ਕਰਦੇ ਕਈ ਵਾਰ ਗੀਤ ਨਾਲੋਂ ਜ਼ਿਆਦਾ ਪੰਦਰੋਂ ਨੂੰ ਬਸ ਬਾਬਾ ਪਾਲ ਨੂੰ ਸਿਟੀ ਮਿਲ ਜਾਂਦੀ ਹੈ ਬਿਲਕੁਲ ਕੀ ਬਾਤ ਹੈ ਭਾਈ ਬਹੁਤ ਚੰਗਾ ਲੱਗਾ ਤੁਹਾਡੇ ਨਾਲ ਗੱਲ ਕਰਕੇ ਤੇ ਹੁਣ ਜਾਂਦੇ ਜਾਂਦੇ ਇੱਕ ਗਾਣਾ ਸੁਣਾ ਦਿਓ ਤੇ ਜਾਂਦੇ ਜਾਂਦੇ ਕੀ ਆਡੀਅנס ਨੂੰ ਮੈਸੇਜ ਦੇਣਾ ਚਾਹੋਗੇ ਨਹੀਂ ਆਡੀਅנס ਨੂੰ ਕਹਿੰਦੇ ਵੀ ਚੰਗੇ ਸੰਗੀਤ ਨੂੰ ਚੰਗੇ 뮤직 ਨੂੰ ਹਮੇਸ਼ਾ ਸਪੋਰਟ ਕਰੋ ਤੁਸੀਂ ਤੇ ਬਾਕੀ ਸਿੰਗਰਾਂ ਨਾਲ ਲੜਨ ਨਾਲੋਂ ਆਪਣੇ ਮਾਂ ਪਿਓ ਦੀ ਸੇਵਾ ਕਰੋ ਹੈਨਾ ਦੇਸ਼ ਨਾਲ ਪਿਆਰ ਕਰੋ ਪਰਿਵਾਰ ਨਾਲ ਪਿਆਰ ਕਰੋ ਹੈਨਾ ਕਿਉਂਕਿ ਪਰਿਵਾਰ ਇਦਾਂ ਦਾ ਤੁਹਾਡੇ ਨਾਲ ਹਮੇਸ਼ਾ ਖੜੂਗਾ ਸਿੰਗਰ ਨਹੀਂ ਖੜਨਾ ਤੁਹਾਡੇ ਨਾਲ ਜਾਂ ਕੋਈ ਵੀ ਹੈਨਾ ਤੇ ਪਰਿਵਾਰ ਨਾਲ ਜਰੂਰ ਰავਤਾ ਬਣਾ ਕੇ ਅੱਜ ਕੱਲ ਪਰਿਵਾਰਾਂ ਦੇ ਵਿੱਚ ਵੀ ਦੇਖਿਆ ਵੀ ਮਾਪਿਓ ਨਾਲ ਬੱਚਿਆਂ ਦਾ ਘਰ ਟ੍ਰਾਂਕਸ਼ਨ ਨਾ ਬਾਕੀ ਬਾਹਰੇ ਜ਼ਿਆਦਾ ਸ਼ਹਿਰ ਉਹ ਹੁਣ ਮਾਪਿਓ ਲਈ ਚਾਹੀਦਾ ਹੈ ਮੇਰੇ ਸਭ ਨਾਲ ਨਾ ਮਾਪਿਓ ਦੀ ਸੇਵਾ ਜ਼ਰੂਰ ਕਰਿਆ ਕਰੋ ਸਾਰੇ ਬਿਲਕੁਲ ਅੱਛਾ ਭਾਈ ਗਾਣਾ ਸੁਣਾ ਦਿਓ ਕੋਈ ਅਪਕਮਿੰਗ ਕੋਈ ਗਾਣਾ ਜਿਹੜਾ ਹਾਂਜੀ ਮੈਂ ਉਹਦੀ ਲਿੰਕ ਸ਼ੇਅਰ ਕਰਦਾ ਤੁਹਾਡੇ ਨਾਲ ਇੱਕ ਸਾਈ ਛੋਟੀ ਹੂੰ ਨਹੀਂ ਇਹ ਘੜੇ ਮਾਰੀ ਵਰਖਾ ਤੂਫਾਨੀ ਸੋਣੀਏ ਚੱਲ ਮੰਨਿਆ ਕੇ ਹੁੰਦੀ ਨੁਕਸਾਨੀ ਸੋਣੀਏ ਨੀਏ ਗੜੇ ਮਾਰੀ ਵਰਖਾ ਤੂਫਾਨੀ ਸੋਣੀਏ ਚੱਲ ਮੰਨਿਆ ਕੇ ਹੁੰਦੀ ਨੁਕਸਾਨੀ ਸੋਣੀਏ ਇਹ ਨਾ ਸੋਚ ਲਈਂ ਕੇ ਜੱਟ ਮਰ ਜਾਊਗਾ ਹੁੰਦੇ ਝਖੜਾਂ ਤੋਂ ਬਾਅਦ ਵੀ ਖੜੇ ਨਹੀਂ ਵੱਟਤੇ ਓ ਕਰਾਂ ਮਿੰਨਤਾ ਮੈਂ ਤੇਰੀਆਂ ਨਹੀਂ ਬੱਲੀਏ ਐਨੇ ਵੀ ਨਹੀਂ ਮਾੜੇ ਦਿਨ ਆਏ ਜੱਟ ਤੇ ਓ ਕਰਮ ਮਿੰਨ ਤਾਂ ਮੈਂ ਤੇਰੀਆਂ ਨਹੀਂ ਬੱਲੀਏ ਐਨੇ ਵੀ ਨਹੀਂ ਮਾੜੇ ਦਿਨ ਆਏ ਜੱਟ ਤੇ ਕਿਆ ਬਾਤ ਹੈ ਭਾਈ ਥੈਂਕ ਯੂ ਸੋ ਮੱਚ ਉਮੀਦ ਕਰਦੇ ਆ ਇਸੇ ਤਰ੍ਹਾਂ ਵਧੀਆ ਵਧੀਆ ਗਾਣੇ ਤੁਸੀਂ ਆਡੀਅਨ ਨੂੰ ਦਿੰਦੇ ਰਹੋਗੇ ਨਹੀਂ ਪਟਕੋਗੇ ਆਪਣੇ ਰਾਤੋ ਜਿਵੇਂ ਉਹ ਅਲੱਗ ਗਾਣੇ ਚੱਲ ਪੈਂਦੇ ਆ ਸਿੰਗਰ ਉਹ ਨਹੀਂ ਚੱਲੂਗੇ ਇਸੇ ਤਰ੍ਹਾਂ ਵਧੀਆ ਕੰਟੈਂਟ ਤੁਹਾਡੇ ਵੱਲ ਆਉਂਦਾ ਰਹੂਗਾ ਵਿਸ਼ ਯੂ ਬੈਸਟ ਆਫ ਲੱਕ ਫਿਊਚਰ ਲਈ ਤੇ ਇਸੇ ਤਰ੍ਹਾਂ ਹੋਰ ਮੈਂ ਚਾਹੁੰਦਾ ਵੀ 6-3 ਸਾਲ ਦੇ ਅੰਦਰ 8-10 ਗਾਣੇ ਤੁਸੀਂ ਰਿਲੀਜ਼ ਕਰਦੇ ਜਰੂਰ ਬਸ ਤੁਹਾਡਾ ਪਿਆਰ ਬਣਿਆ ਰਹੇ ਤੇ ਬਾਕੀ ਸਰੋਤਿਆਂ ਦਾ ਪਿਆਰ ਬਣਿਆ ਰਹੇ ਜਰੂਰ ਜਲਦੀ ਤੋਂ ਜਲਦੀ ਕਰਦੇ ਰਵਾਂਗੇ ਨਾ ਤੇ ਛੇਤੀ ਕਰਦੇ ਰੋਗੇ ਸੋ ਜੀ ਥੈਂਕ ਯੂ ਸੋ ਮੱਚ ਏਸੀ ਸਾਡੇ ਨਾਲ ਰਾਜਦੀਪ ਦਿਓ ਲੁਮੀਦ ਕਰਦੇ ਆ ਤੁਹਾਨੂੰ ਅੱਜ ਦੀ ਸਾਡੀ ਇਹ ਗੱਲਬਾਤ ਪਸੰਦ ਆਈ ਹੋਊਗੀ ਜੇ ਪਸੰਦ ਆਈ ਕਮੈਂਟ ਕਰਕੇ ਜਰੂਰ ਦੱਸੋ ਤੇ ਹੋਰ ਨਵੇਂ ਇੰਟਰਵਿਊ ਦੇ ਲਈ ਦੇਖਦੇ ਰਹੋ ਵਿਜ਼ਨ ਪੰਜਾਬ ਟੀਵੀ ਹਰ ਕਦਮ ਤੁਹਾਡੇ ਨਾਲ